ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵੰਸ ਅਗੇਨ ਮੈਂ ਜ਼ਰੂਰ ਕਹਿ ਦਾਂ ਕਿ ਕਿਉਂਕਿ ਅਸੀਂ ਨਹੀਂ ਮਿਲੇ, ਬਿਲੇਟਿਡ ਮਦਰਸ ਡੇ, ਹੈਪੀ ਮਦਰਸ ਡੇ ਟੂ ਆਲ ਆਫ ਯੂ, ਜੋ ਵੀ ਮਾਵਾਂ ਨੇ, ਔਰ ਮੈਨੂੰ ਲੱਗਦਾ ਕੋਈ ਵੀ ਜਿਹੜੇ ਕਿ ਬੱਚਿਆਂ ਦੀ ਯੂ ਨੋ ਇੱਕ ਵੈਲ ਵਿਸ਼ਿੰਗ ਚਾਹੁੰਦੇ ਨੇ ਹਮੇਸ਼ਾ। ਆਂਢ ਗੁਆਂਢ ਦੇ ਬੱਚੇ ਵੀ ਪਿਆਰੇ ਲੱਗਦੇ ਆ, ਔਰ ਦੇ ਯੂ ਨੋ ਵਾਚ ਦੈਮ ਆਊਟ ਕਿ ਹਾਂ ਠੀਕ ਹੈ, ਠੀਕ ਚੱਲ ਰਿਹਾ, ਕੁਛ ਲੋੜ ਤਾਂ ਨਹੀਂ ਕਿਸੇ ਨੂੰ। ਸੋ ਸਾਰਿਆਂ ਦੇ ਵਿੱਚ, ਈਵਨ ਆਲ ਦ ਮੈਨ ਆਈ ਵੁੱਡ ਸੇ, ਹੂ ਹੈਵ ਦੈਟ ਐਨਰਜੀ, ਜਿਹੜੀ ਕਿ ਇੱਕ ਮਮਤਾ ਜਿਨ੍ਹਾਂ ਦੇ ਵਿੱਚ ਹੈਗੀ ਹੈ ਕਿਸੇ ਵਾਸਤੇ ਵੀ, ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਏ, ਐਂਡ ਹੋਪਫੁਲੀ ਦ ਹੋਲ ਈਅਰ ਇਜ਼ ਗ੍ਰੇਟ। ਆਈ ਨੋ ਬੜਾ ਵੀਅਰਡ ਜਿਹਾ ਮੌਸਮ ਹੈ, ਐਟਲੀਸਟ ਨਿਊਯਾਰਕ ਦੇ ਵਿੱਚ ਮਿਡਲ ਆਫ ਮੇ ਦੇ ਵਿੱਚ ਠੰਡ ਪੈ ਰਹੀ ਹੈ, ਸਵੈਟਰ ਪਾ ਰਹੇ ਹਾਂ ਅਸੀਂ, ਐਂਡ ਜੈਕਟਸ ਸਵੈਟਰਸ ਪਾ ਰਹੇ ਹਾਂ, 40s ਦੇ ਵਿੱਚ ਟੈਂਪਰੇਚਰ ਹੋਇਆ ਹੋਇਆ, ਬਟ ਦੈਟਸ ਇਟ ਯੂ ਨੋ ਕੀ ਉਹ ਕਹਿੰਦੇ ਹਾਂ ਕਿ ਇੱਕ ਵਾਰੀ ਕਿ ਕੀ ਕੰਪਲੇਨ ਕਰੀਏ, ਵੀ ਆਰ ਕੰਟਰੀਬਿਊਟਿੰਗ ਟੂ ਦਿਸ, ਬਟ ਔਨ ਦ ਅਦਰ ਹੈਂਡ ਕਿ ਅਸੀਂ ਯੂ ਨੋ ਗਲਤੀਆਂ ਦੇ ਪੁੱਤਲੇ ਹਾਂ, ਕੋਈ ਵੀ ਚੀਜ਼ ਹੋਏ, ਗਰਮੀ ਹੋਏ, ਠੰਡ ਹੋਏ, ਅਸੀਂ ਥੋੜ੍ਹੀ ਬਹੁਤੀ ਕੰਪਲੇਨ ਵੀ ਕਰਨੀ ਜ਼ਰੂਰੀ ਹੁੰਦੀ ਹੈ। ਬਟ ਕੰਪਲੇਨ ਦੀ ਗੱਲ ਨਹੀਂ ਹੈ, ਵਾਕਈ ਦ ਚੇਂਜਸ ਜਿਹੜੇ ਆ ਰਹੇ ਉਹ ਇੰਨੇ ਵੱਡੇ ਆ ਰਹੇ ਸ੍ਰਿਸ਼ਟੀ ਦੇ ਵਿੱਚ, ਯੂਨੀਵਰਸ 'ਚ, ਨੇਚਰ ਦੇ ਵਿੱਚ, ਐਂਡ ਸਾਡੀ ਸਾਰਿਆਂ ਦੀਆਂ ਨੇਚਰਸ ਦੇ ਵਿੱਚ ਵੀ। ਸੋ ਬਹੁਤ ਚੈਲੇਂਜਿੰਗ ਟਾਈਮ ਮੈਨੂੰ ਲੱਗਦਾ ਕਿ ਹੈਗਾ ਕਿ ਅੰਡਰਸਟੈਂਡ ਕਰਨਾ, ਕਿਉਂਕਿ ਜਿਹੜੀ ਚੀਜ਼ ਅਸੀਂ ਦੇਖੀ ਨਹੀਂ, ਸੁਣੀ ਨਹੀਂ, ਜਾਂ ਜਿਹਦਾ ਅਹਿਸਾਸ ਨਹੀਂ ਕੀ ਹੈਗਾ ਕਿਉਂਕਿ ਅਸੀਂ ਉਹ ਐਕਸਪੀਰੀਅੰਸ ਨਹੀਂ ਕੀਤੀ, ਉਹਨੂੰ ਦੂਸਰੇ ਦੇ ਵਿੱਚ ਸਮਝ ਪਾਉਣਾ ਕਿ ਅਗਰ ਆਪ ਨਹੀਂ ਐਕਸਪੀਰੀਅੰਸ ਕੀਤਾ, ਦੂਜੇ 'ਚ ਉਸ ਚੀਜ਼ ਨੂੰ ਸਮਝਣਾ, ਔਰ ਫਿਰ ਯੂ ਨੋ ਜਜਮੈਂਟਲ ਨਾ ਹੋਣਾ, ਐਪਰੀਸ਼ੀਏਟ ਕਰਨਾ, ਇਹ ਬੜਾ ਚੈਲੇਂਜਿੰਗ ਹੈ, ਬਟ ਡੈਫੀਨੇਟਲੀ ਹੋ ਸਕਦਾ ਹੈ। ਕਿਸ ਚੀਜ਼ ਨਾਲ? ਇੱਕ ਅਵੇਅਰਨੈਸ ਨਾਲ ਕਿ ਸਾਰੇ ਜਿਹੜੇ ਹੈ ਆਪਣੀ ਆਪਣੀ ਬੈਸਟ ਕਰ ਰਹੇ ਨੇ, ਇੱਕ ਇਹ। ਦੂਸਰਾ ਇਹ ਕਿ ਜਿਸ ਤਰ੍ਹਾਂ ਅਸੀਂ ਬੜੀ ਵਾਰੀ ਗੱਲ ਕਰਦੇ ਹਾਂ ਕਿ ਇੱਕ ਭਾਣੇ 'ਚ ਹੋ ਰਿਹਾ, ਜੋ ਵੀ ਚੇਂਜਿਸ ਵੀ ਆ ਰਹੇ ਨਾ, ਇਹ ਵੀ ਭਾਣੇ 'ਚ ਹੋ ਰਹੇ ਹੈ। ਕੋਈ ਰੀਜ਼ਨਸ ਜ਼ਰੂਰ ਹੈ, ਸਾਇੰਟੀਫਿਕਲੀ ਦੇਖੀਏ ਤਾਂ ਜ਼ਰੂਰ ਕੋਈ ਨਾ ਕੋਈ ਰੀਜ਼ਨ ਹੈਗਾ ਕਿ ਇੱਕ ਜਿਹੜਾ ਚੇਂਜ ਹੈਗਾ ਦੈਟ ਲੈਡ ਟੂ ਅਨਦਰ ਵਨ, ਭਾਵੇਂ ਉਹ ਸੋਸ਼ਲੀ ਕਹੀਏ, ਕਲਚਰਲੀ ਕਹੀਏ। ਸੋ ਵਟ ਆਈ ਐਮ ਗੈਟਿੰਗ ਟੂ ਇਜ਼ ਕਿ ਅੱਜ ਦਾ ਜਿਹੜਾ ਸਾਡਾ ਯੂ ਨੋ ਜਿਸ ਨੇ ਸਾਨੂੰ ਲਿਖਿਆ, ਅੱਜ ਇੱਕ ਬਹੁਤ ਸਾਡੇ ਰੈਗੂਲਰ ਵਿਊਅਰ ਹੈ ਜਿਨ੍ਹਾਂ ਨੇ ਸਾਨੂੰ ਲਿਖਿਆ, ਫੋਨ 'ਤੇ ਵੀ ਉਹਨਾਂ ਨਾਲ ਗੱਲ ਹੋਈ ਹੈ, ਕਦੀ ਕਦੀ ਸਾਡੇ ਨਾਲ ਯੂ ਨੋ ਜੁੜਦੇ ਨੇ, ਕਾਲ ਕਰਦੇ ਨੇ, ਬਟ ਹੀ ਸ਼ੀ ਸੇਜ਼ ਕਿ ਮੈਂ ਹਮੇਸ਼ਾ ਗੱਲਬਾਤ ਰਿਕਾਰਡ ਕਰਕੇ ਦੇਖਦੀ ਹਾਂ ਅਗਰ ਮੈਂ ਲਾਈਵ ਨਾ ਦੇਖ ਸਕਾਂ। ਸੋ ਬਹੁਤ ਦੇਰ ਦੇ, ਕੋਈ 8-9 ਸਾਲ ਦੇ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਸਵਾਲ ਹੈ, ਔਰ ਉਹ ਥੋੜ੍ਹੇ ਜਿਹੇ ਪਰੇਸ਼ਾਨ ਨੇ। ਕਹਿੰਦੇ ਨੇ ਬਹੁਤ ਸੋਹਣਾ ਵਿਆਹ ਕੀਤਾ ਹੈ ਮੁੰਡੇ ਦਾ, 4 ਸਾਲ ਹੋ ਗਏ ਵਿਆਹ ਨੂੰ, ਮੁੰਡਾ ਕੁੜੀ ਦੋਨੋਂ ਯੂ ਨੋ ਬੜੀ ਅੱਛੀਆਂ ਜੋਬਸ 'ਤੇ ਨੇ, ਮੁੰਡਾ ਕੁੜੀ ਦੋਨੋਂ 4 ਸਾਲ ਵਿਆਹ ਨੂੰ ਹੋਏ ਆ, 4 ਸਾਲ ਪਹਿਲੇ ਇਕੱਠੇ ਸੀਗੇ, ਮਤਲਬ ਦੇ ਵਰ ਟੁਗੈਦਰ ਫੋਰ 4 ਈਅਰਸ ਐਂਡ ਦੈਨ ਗੋਟ ਮੈਰਿਡ ਐਂਡ ਨਾਓ, ਸੋ ਦੇ ਆਰ ਦੇਵ ਬੀਨ ਟੁਗੈਦਰ ਫੋਰ 8 ਈਅਰਸ ਨਾਓ। ਕਹਿੰਦੇ ਕੁੜੀ ਬਹੁਤ ਅੱਛੀ ਹੈ, ਕਿਸੇ ਚੀਜ਼ ਦੀ ਕੰਪਲੇਨ ਨਹੀਂ, ਯੂ ਨੋ ਸੋਹਣੀ, ਸੁਨੱਖੀ, ਘਰ 'ਚ ਸਾਰਿਆਂ ਨਾਲ ਵਧੀਆ, ਬਹੁਤ ਐਸੇ ਪਰਿਵਾਰ 'ਚੋਂ ਹੈ ਜਿੱਥੇ ਚਾਚੇ ਤਾਏ ਸਾਰੇ ਇਕੱਠੇ ਰਹਿੰਦੇ ਸੀਗੇ, ਔਰ ਬਹੁਤ ਵੈਲ ਨਿਟ ਫੈਮਲੀ ਸੀ ਹੈਗੀ ਹੈ, ਅਤੇ ਘਰ ਆ ਕੇ ਇੱਥੇ ਵੀ ਮਿਲਾਪੜਾਪਨ, ਸਾਰਿਆਂ ਨਾਲ ਸਭ ਕੁਛ ਬਹੁਤ ਵਧੀਆ। ਸੋ ਮੁੰਡਾ ਵੀ ਕਹਿੰਦੇ ਨੇ ਬਹੁਤ ਮੇਰਾ ਜਿਵੇਂ ਸ਼ਰੀਫ ਅਤੇ ਯੂ ਨੋ ਸਿੱਧਾ, ਔਰ ਬਹੁਤ ਸਿਆਣਾ, ਲਾਇਕ ਬੜਾ, ਬਟ ਕੋਈ ਕਿਸੇ ਨਾਲ ਉਹਨੂੰ ਗਿਲਾ ਸ਼ਿਕਵਾ ਨਹੀਂ। ਹੁਣ ਥੋੜ੍ਹੀ ਜਿਹੀ ਪਿਛਲੇ ਦਿਨਾਂ 'ਚ ਕਹਿੰਦੇ ਮੈਂ ਬੜਾ ਨੋਟ ਕੀਤਾ ਕਿ ਮੁੰਡਾ ਨਾ ਕਈ ਵਾਰੀ ਖਿੱਚਦਾ ਔਰ ਇੱਕਦਮ ਬਿਲਕੁਲ ਥੋੜ੍ਹਾ ਡਿਫਰੈਂਟ ਦੈਨ ਵੋਟ ਹੀ ਇਜ਼ ਬੀਨ ਆਲਵੇਜ਼, ਹੀ ਇਜ਼ ਬੀਨ ਵੈਰੀ ਸੋਫਟ ਸਪੋਕਨ, ਐਂਡ ਕੋਈ ਉਹਨੂੰ ਕਦੀ ਗੁੱਸਾ ਬੜੀ ਔਖੀ ਚੱਲਦਾ ਸੀ ਕਿਸੇ ਖਾਸ ਗੱਲ 'ਤੇ ਹੋਏ, ਅਤੇ ਕਦੀ ਮੈਂ ਉਹਨੂੰ ਗੁੱਸੇ ਜ਼ਿਆਦਾ ਨਹੀਂ ਹੁੰਦਿਆਂ ਦੇਖਿਆ, ਪਰ ਛੋਟੀ ਛੋਟੀ ਗੱਲ 'ਤੇ ਕਿਤੇ ਲੱਗਿਆ ਕਿ ਮੈਨੂੰ ਗੁੱਸਾ ਹੋ ਰਿਹਾ। ਐਂਡ ਇੱਕ ਰੀਜ਼ਨ ਥੋੜ੍ਹਾ ਜਿਹਾ ਕਹਿੰਦੇ ਮੈਂ ਵੀ ਪੜ੍ਹੀ ਲਿਖੀ ਹਾਂ, ਮੈਨੂੰ ਪਤਾ ਹੈ ਕਿ ਬੱਚਿਆਂ ਦਾ ਆਪਣੀ ਸਪੇਸ ਹੈਗੀ ਹੈ, ਪਰ ਬੜੇ ਦੇਰ ਤੋਂ ਜਿਵੇਂ 2 ਸਾਲ ਤਾਂ ਅਸੀਂ ਬਿਲਕੁਲ ਸੋਚਿਆ ਕਿ ਹਨੀਮੂਨ 'ਤੇ ਨੇ, ਵਧੀਆ ਆਪਣਾ ਘੁੰਮਦੇ ਫਿਰਦੇ ਨੇ, ਕੋਈ ਇਹਨਾਂ ਅੱਜ ਕੱਲ੍ਹ ਦੇ ਹਿਸਾਬ ਨਾਲ ਇਹਨਾਂ ਨੂੰ ਕੋਈ ਨਾ ਕਵੇ ਕਿ ਬੇਬੀ ਕਰੋ, ਬੱਚਾ ਕਰੋ। ਸੋ ਉਸ ਤੋਂ ਬਾਅਦ ਮੈਂ ਇੱਕ ਅੱਧੀ ਵਾਰੀ ਯੂ ਨੋ ਕਿਹਾ, ਅਤੇ ਮੁੰਡੇ ਨੇ ਇਹੀ ਕਿਹਾ ਕਿ ਨਹੀਂ ਹਾਲੇ ਨਹੀਂ, ਅਸੀਂ ਆਪਣਾ ਯੂ ਨੋ ਵੀ ਨੋ ਜਦੋਂ ਅਸੀਂ ਚਾਹਵਾਂਗੇ ਤਾਂ ਕਰਾਂਗੇ।
ਕਹਿੰਦੇ ਕਿ ਇਹੀ ਲੱਗਦਾ ਰਿਹਾ। ਫਿਰ ਲੇਟਲੀ ਸਾਲ ਪਹਿਲੇ ਤੋਂ ਮੈਂ ਬੜਾ ਆਰਾਮ ਨਾਲ ਵੀ ਬੈਠ ਕੇ ਡਾਟਰ ਇਨ ਲਾਅ ਨਾਲ ਵੀ ਸਨ ਇਨ ਲਾਅ ਨਾਲ ਵੀ ਸਨ ਦੇ ਨਾਲ ਵੀ ਮੁੰਡੇ ਨਾਲ ਵੀ ਗੱਲ ਕੀਤੀ ਵੀ ਕੀ ਗੱਲ ਬੱਚੋ ਠੀਕ ਹੈ ਹੋ ਗਿਆ ਘੁੰਮਣਾ ਫਿਰਨਾ। ਬਿਕੋਜ਼ ਅਨਦਰ ਥਿੰਗ ਹੀ ਕਹਿ ਰਹੇ ਨੇ ਕਿ ਮੁੰਡਾ 35 ਦਾ ਹੈ ਔਰ ਕੁੜੀ 33 ਦੀ ਹੈ। ਸੋ ਐਨੀ ਵੇ ਇਟਸ ਨੋਟ ਕਿ ਬਹੁਤ ਛੋਟੇ ਛੋਟੇ ਨੇ ਐਂਡ ਕਲੋਕ ਇਜ਼ ਟਿਕਿੰਗ ਇਹਨਾਂ ਦੇ ਹਿਸਾਬ ਨਾਲ ਅਤੇ ਮਤਲਬ ਕਰ ਲੈਣਾ ਚਾਹੀਦਾ। ਸੋ ਕਹਿੰਦੇ ਕਿ ਅਸੀਂ ਸੋਚਿਆ ਕਿ ਸ਼ਾਇਦ ਸ਼ੇਅਰ ਨਹੀਂ ਕਰਦੇ ਕੋਈ ਮੈਡੀਕਲ ਇਸ਼ੂ ਹੈਗਾ ਜਾਂ ਦਿਖਾ ਰਹੇ ਨੇ, ਪਰ ਸਾਨੂੰ ਕਿਸੇ ਗੱਲ ਤੋਂ ਇਹ ਨਹੀਂ ਲੱਗਿਆ ਕਿ ਕੋਈ ਐਸੀ ਜਾ ਰਹੇ ਹੋਣ ਜਾਂ ਦਿਖਾ ਰਹੇ ਹੋਣ, ਵੀ ਕੀਨੈਸ ਨਹੀਂ ਲੱਗੀ ਦੋਨਾਂ ਵਿੱਚ। ਸੋ ਲੇਟਲੀ ਮੁੰਡੇ ਨਾਲ ਮੈਂ ਦੁਬਾਰਾ ਗੱਲ ਕੀਤੀ ਹੈ ਇਹਨਾਂ ਦਾ ਕਹਿਣਾ, ਅਤੇ ਕਹਿੰਦੇ ਉਹ ਕਿਸੇ ਰੀਜ਼ਨ ਕਰਕੇ ਉਹ ਖੁੱਲ੍ਹ ਪਿਆ ਜੋ ਵੀ ਉਸ ਮੂਡ ਵਿੱਚ ਸੀ ਕੀ ਸੀ ਕਿ ਹੀ ਓਪਨਡ ਅਪ ਐਂਡ ਹੀ ਸੈਡ ਕਿ ਵਾਈਫ ਨਹੀਂ ਜਾਂਦੀ, ਮਤਲਬ ਸਾਡੀ ਡਾਟਰ ਇਨ ਲਾਅ ਨਹੀਂ ਜਾਂਦੀ। ਪਹਿਲੇ ਇਹਨੂੰ ਵੀ ਸ਼ਾਇਦ ਕੋਈ ਇੰਨਾ ਉਸ ਪਰ ਵੱਲ ਧਿਆਨ ਨਹੀਂ ਸੀਗਾ ਕਿ ਠੀਕ ਹੈ ਨਹੀਂ ਹੈ, ਚੋਇਸ ਕੁੜੀ ਦੀ ਜ਼ਿਆਦਾ ਹੈ ਕਿ ਹਾਂ ਉਹ ਚਾਹੁੰਦੀ ਹੈ ਕਿ ਨਹੀਂ ਹੈ, ਪਰ ਇੰਝ ਲੱਗਦਾ ਹੈ ਕਿ ਹੁਣ ਇਹ ਚਾਹੁੰਦਾ ਪਰ ਕੁੜੀ ਨਹੀਂ ਚਾਹੁੰਦੀ। ਸੋ ਮੈਂ ਬਹੁਤ ਸ਼ੌਕ ਵਿੱਚ ਪੈ ਗਈ ਹਫ਼ਤੇ ਤੋਂ ਕਿ ਦੋਨਾਂ ਦਾ ਜਦ ਤੱਕ ਸਿਕਾ ਲੱਗਦਾ ਸੀ ਵੀ ਹਾਂ ਮਿਊਚੁਅਲ ਹੈ ਉਹਨਾਂ ਦਾ, ਅਸੀਂ ਬਾਹਰਲੇ ਬੰਦੇ ਰਿਕੁਐਸਟ ਕਰ ਸਕਦੇ ਹਾਂ ਸਮਝਾ ਸਕਦੇ ਹਾਂ ਪਰ ਅਦਰਵਾਈਜ਼ ਕੀ ਕਹਿ ਸਕਦੇ ਹਾਂ। ਪਰ ਹੁਣ ਮੈਨੂੰ ਮੇਰਾ ਬਹੁਤ ਆਈ ਹੈਵਨ ਸਲੈਪਟ ਐਟ ਨਾਈਟ ਥਿੰਕਿੰਗ ਕਿ ਇਹ ਤਾਂ ਬੜੀ ਪਰੇਸ਼ਾਨੀ ਵਾਲੀ ਗੱਲ ਹੈ ਕਿ ਮੁੰਡਾ ਇਹ ਚਾਹ ਰਿਹਾ ਹੈ, ਸ਼ਾਇਦ ਬਿਹੇਵੀਅਰ 'ਚ ਵੀ ਜਿਹੜਾ ਮੈਂ ਖਿਝਣਾ ਦੇਖਿਆ ਉਹਦਾ ਤਾਂ ਹੋ ਰਿਹਾ ਹੋਏ ਕਿ ਕੁੜੀ ਬੱਚਾ ਹੀ ਨਹੀਂ ਚਾਹੁੰਦੀ, ਅਤੇ ਕੀ ਕਰਨਾ ਚਾਹੀਦਾ ਮੈਨੂੰ ਐਜ਼ ਅ ਮਦਰ ਆਫ ਦ ਬੋਏ, ਮਤਲਬ ਮੈਂ ਇੰਟਰਫੇਅਰ ਕਰਾਂ ਨਾ ਕਰਾਂ, ਮੁੰਡੇ ਨੂੰ ਕਿਉਂ ਨਹੀਂ ਕਰ ਰਹੀ, ਕਿਉਂ ਹੋ ਰਿਹਾ, ਮਤਲਬ ਮੈਂ ਚਾਹੁੰਦੀ ਹਾਂ ਕਿ ਪਤਾ ਹੋਏ ਵੀ ਐਸੀ ਕੋਈ ਕਾਰਨ ਹੈ ਕੀ ਹੈ, ਪਰ ਮੇਰਾ ਕਿੰਨਾ ਕੁ ਸੇ ਬਣਦਾ ਹੈ, ਮੈਂ ਵਿੱਚ ਪਵਾਂ ਕਿਤੇ ਜ਼ਿਆਦਾ ਹੀ ਨਾ ਗੱਲ ਉਹ ਹੋ ਜਾਏ। ਸੋ ਮੈਂ ਬੜਾ ਡਰ ਗਈ ਹਾਂ ਕਿ ਆਪਸ 'ਚ ਤਾਂ ਮਤਲਬ ਹੈ ਇਹਨਾਂ ਦੀ ਕੁਛ ਖਟਪਟ ਹੋਈ ਹੋਈ ਹੈ ਜੇ ਦੋਨੋਂ ਇੱਕੋ ਪੇਜ 'ਤੇ ਨਹੀਂ ਨੇ, ਦੋਨੋਂ ਇੱਕੋ ਚੀਜ਼ ਨਹੀਂ ਚਾਹ ਰਹੇ ਇਸ ਵੇਲੇ। ਸੋ ਕਹਿੰਦੇ ਕਿ ਬੜਾ ਮੈਨੂੰ ਮਨ ਮੇਰਾ ਔਖਾ ਹੋਇਆ ਹੋਇਆ, ਪਰ ਮੈਂ ਇਹੀ ਸੋਚਿਆ ਕਿ ਗੱਲਬਾਤ ਦੇ ਵਿਊਜ਼ ਨੂੰ ਪੁੱਛਾਂ ਕਿ ਇਸ ਵੇਲੇ ਮੈਨੂੰ ਕੀ ਕਰਨਾ ਚਾਹੀਦਾ। ਔਰ ਕੁੜੀਆਂ ਅੱਜ ਕੱਲ੍ਹ ਅਗਰ ਪਹਿਲੇ ਵੀ ਇਹਨਾਂ ਦਾ ਕਹਿਣਾ ਕਿ ਅਸੀਂ ਕਦੀ ਪਹਿਲੇ ਵੀ ਗੱਲ ਕੀਤੀ ਸੀਗੀ ਕਿ ਕੁੜੀਆਂ ਨਹੀਂ ਚਾਹੁੰਦੀਆਂ ਜਾਂ ਕੁੜੀਆਂ ਮੁੰਡੇ ਇਕੱਠੇ ਦੋਨੋਂ ਨਹੀਂ ਚਾਹੁੰਦੇ ਅਤੇ ਉਹਨਾਂ ਨਾਲ ਕੀ ਕਰੀਏ, ਪਰ ਕਹਿੰਦੇ ਕਿ ਮੈਂ ਰੀਅਲੀ ਫੀਲ ਕਰਦੀ ਹਾਂ ਕਿ ਤੁਸੀਂ ਸਾਰੇ ਮੇਰੀ ਜਗ੍ਹਾ ਹੋਵੋ ਅਤੇ ਕੀ ਕਰੋ ਐਂਡ ਇਸ ਤਰ੍ਹਾਂ ਕੁੜੀਆਂ ਦੇ ਨਾਲ ਗੱਲ ਕਰਨਾ, ਜਾਂ ਸਪੈਸ਼ਲੀ ਬਿਕੋਜ਼ ਉਹ ਮੇਰੀ ਡਾਟਰ ਇਨ ਲਾਅ ਹੈ, ਕੁੜੀ ਹੁੰਦੀ ਸ਼ਾਇਦ ਮੈਂ ਹੋਰ ਤਰ੍ਹਾਂ ਬੈਠ ਕੇ ਸਮਝਾਉਂਦੀ ਪੁੱਛਦੀ ਉਹਨੂੰ, ਜਾਂ ਮੈਨੂੰ ਐਟਲੀਸਟ ਪਤਾ ਹੁੰਦਾ ਕਿ ਉਹਦੀ ਇਹ ਵਾਲੀ ਕੋਈ ਮਨ ਦੇ ਵਿੱਚ ਹੈਗੀ ਹੈ ਗੱਲ। ਸੋ ਅਫਸੋਸ ਕਿ ਇਹ ਗੱਲ ਸਾਨੂੰ ਨਹੀਂ ਪਤਾ ਸੀ ਪਹਿਲੇ ਐਂਡ ਉਹ ਇੰਝ ਸੋਚ ਰਹੀ ਹੈ, ਕਿਉਂ ਸੋਚ ਰਹੀ ਹੈ ਮੈਨੂੰ ਨਹੀਂ ਪਤਾ, ਬਟ ਮੈਂ ਸੋਚਦੀ ਹਾਂ ਕਿ ਮੈਂ ਕਿੰਨਾ ਕੁ ਇਨਵੋਲਵ ਹੋ ਸਕਦੀ ਹਾਂ, ਨਹੀਂ ਹੋ ਸਕਦੀ, ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ, ਇਹ ਸਵਾਲ ਹੈ ਉਹਨਾਂ ਦਾ। ਸੋ ਪਲੀਜ਼ ਸਾਰੇ ਜ਼ਰੂਰ ਕਾਲ ਕਰੋ, ਇਹਨਾਂ ਨਾਲ ਜ਼ਰੂਰ ਗੱਲ ਕਰੋ ਕਿ ਇੱਕ ਆਪਣੇ ਘਰ ਦੇ ਵਿੱਚ ਅਸੀਂ ਮੰਨਦੇ ਹਾਂ ਇੱਕ ਡਿਸਟੈਂਟ ਤੋਂ ਕਿਸੇ ਦਾ ਸਵਾਲ ਹੈਗਾ ਕਿ ਬੇਬੀ ਕਰਨਾ ਨਹੀਂ ਕਰਨਾ ਅਤੇ ਅਸੀਂ ਕਿਸ ਤਰ੍ਹਾਂ ਲਾਂਗੇ, ਪਰ ਆਪਣੇ ਘਰ ਦੇ ਵਿੱਚ ਅਗਰ ਇਸ ਤਰ੍ਹਾਂ ਹੋ ਰਿਹਾ ਹੋਏ ਤਾਂ ਤੁਸੀਂ ਕੀ ਕਰੋਗੇ, ਤੁਹਾਨੂੰ ਕੀ ਕਰਨਾ ਚਾਹੀਦਾ, ਮਨ ਦੀ ਕੀ ਸਥਿਤੀ ਹੋ ਸਕਦੀ ਹੈ ਐਂਡ ਕਿਸ ਤਰ੍ਹਾਂ ਦੇ ਸਵਾਲ ਆਪਣੇ ਮਨ ਦੇ ਵਿੱਚ ਆ ਸਕਦੇ ਹੈ ਜਿਹਦਾ ਕਿ ਸ਼ਾਇਦ ਆਨਸਰਸ ਤੁਸੀਂ ਲੱਭ ਰਹੇ ਹੋਵੋਗੇ। ਸੋ ਜ਼ਰੂਰ ਜ਼ਰੂਰ ਕਾਲ ਕਰੋ, ਲੈਟਸ ਸੀ ਸਾਰੇ ਕੀ ਕਹਿੰਦੇ ਨੇ, ਇੰਜ ਕਰਦੇ ਹਾਂ। ਆਈ ਨੋ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਇੰਨੀ ਕੇਜ ਦੇ ਵਿੱਚ ਕੁੜੀਆਂ ਹਰ ਕੋਈ ਉਹਨਾਂ ਨੂੰ ਬੜੀ ਕੀਨੈਸ ਹੋ ਜਾਂਦੀ ਹੈ, ਬੜੀ ਇੱਕ ਦਿਲਚਸਪੀ ਹੋ ਜਾਂਦੀ ਹੈ ਕਿ ਹਾਂ ਹੁਣ ਬੇਬੀ ਹੋਏ ਫਿਰ ਨੈਕਸਟ ਲਾਈਫ ਦਾ ਪੜਾਓ, ਬਟ ਕਰੀਅਰ ਦਾ ਵੀ ਸੈਟਲਡ ਹੈਗੇ ਹੈ ਹੁਣ, ਕੋਈ ਐਸੀ ਪ੍ਰੋਬਲਮ ਨਹੀਂ ਹੈ। ਸੋ ਜਿਹੜਾ ਵੀ ਉਹਨਾਂ ਦਾ ਇਹ ਪੁਆਇੰਟ ਆਫ ਵਿਊ ਹੈ ਉਹ ਡਿਫਰੈਂਟ ਹੈ ਥੋੜ੍ਹਾ। ਸੋ ਲੈਟਸ ਨੋਟ ਬੀ ਜਜਮੈਂਟਲ ਐਂਡ ਟਰਾਈ ਟੂ ਸੀ ਕਿ ਤੁਹਾਡੇ ਮਨ 'ਚ ਕੀ ਆਉਂਦਾ। ਤੁਸੀਂ ਜ਼ਰੂਰ ਇਹਨਾਂ ਨੂੰ ਆਪਣੇ ਆਪਣੇ ਪਰਿਵਾਰ ਦੇ ਨੇ ਹਮੇਸ਼ਾ ਤੁਹਾਡੇ ਨਾਲ ਬੈਠਦੇ ਨੇ, ਸੋ ਜ਼ਰੂਰ ਸੁਜੈਸਟ ਕਰੋ ਇਹਨਾਂ ਨੂੰ ਕਿ ਤੁਸੀਂ ਕੀ ਕਰਦੇ ਜਾਂ ਕਿਹੜੇ ਸਵਾਲ ਹੈ ਜਿਹੜੇ ਕਿ ਆਉਣੇ ਚਾਹੀਦੇ ਹੈ ਔਰ ਜਿਹਨਾਂ ਦਾ ਆਨਸਰ ਸਾਨੂੰ ਮਿਲਣਾ ਚਾਹੀਦਾ। ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਕਿਉਂਕਿ ਤੁਸੀਂ ਆਪਣਾ ਆਨਸਰ ਸੋਚ ਕੇ ਰੱਖੋ ਅਤੇ ਜ਼ਰੂਰ ਕਾਲ ਕਰੋ। ਸਾਰਿਆਂ ਦਾ ਫਿਰ ਸਵਾਗਤ ਹੈ। ਅੱਜ ਗੱਲ ਹੋ ਰਹੀ ਹੈ ਇੱਕ ਐਸੀ ਮਾਂ ਨਾਲ ਜਿਹਨੂੰ ਲੱਗਦਾ ਹੈ ਕਿ ਉਹਨਾਂ ਦੀ ਨੂੰਹ ਬੱਚਾ ਨਹੀਂ ਚਾਹੁੰਦੀ। ਕਹਿੰਦੇ ਬੜੀ ਦੁਆਰੀ ਜਦੋਂ ਪਹਿਲੇ ਗੱਲ ਹੋਈ ਹੈ
ਤੇ ਮੁੰਡਾ ਮੁੰਡੇ ਨੇ ਹਮੇਸ਼ਾ ਇਸ ਤਰ੍ਹਾਂ ਦਾ ਜਵਾਬ ਦਿੱਤਾ ਜਿਹਦੇ 'ਚ ਲੱਗੇ ਕਿ ਦੋਨੋਂ ਨਹੀਂ ਚਾਹੁੰਦੇ, ਦੋਨੋਂ ਆ ਸੇਮ ਪੇਜ 'ਤੇ ਹੈ। ਬਟ ਰੀਸੈਂਟਲੀ ਉਹ ਓਪਨ ਅਪ ਕੀਤਾ ਉਹਨੇ ਐਂਡ ਇਹ ਸ਼ੇਅਰ ਕੀਤਾ ਕਿ ਮੈਂ ਤਾਂ ਚਾਹੁੰਦਾ ਪਰ ਵਾਈਫ ਨਹੀਂ ਚਾਹੁੰਦੀ। ਸੋ ਉਹਦੇ ਕਰਕੇ ਇਹ ਜ਼ਿਆਦਾ ਪਰੇਸ਼ਾਨ ਨੇ ਐਂਡ ਸਾਰਿਆਂ ਨੂੰ ਪੁੱਛ ਰਹੇ ਨੇ ਕਿ ਐਸੇ ਉਹਦੇ 'ਤੇ ਕੀ ਕਰਨਾ ਚਾਹੀਦਾ। ਆਈ ਨੋ ਕਿ ਜਦੋਂ ਯੂ ਨੋ ਕਿਸੇ ਕਪਲ ਦੇ ਵਿੱਚ ਅਗਰ ਮੈਨ ਨਹੀਂ ਚਾਹੁੰਦੇ ਤਾਂ ਥੋੜ੍ਹਾ ਇੰਜੀਨੀਅਰ ਕਰਨਾ ਉਸ ਚੀਜ਼ ਨੂੰ ਸ਼ਾਇਦ ਆਸਾਨ ਹੋਏ। ਯੂ ਨੋ ਵਾਈਫ ਕੈਨ ਇਨਸਿਸਟ ਕਿ ਆਈ ਰੀਅਲੀ ਵਾਂਟ ਔਰ ਸਮਥਿੰਗ, ਪਰ ਅਗਰ ਵਾਈਫ ਨਹੀਂ ਚਾਹੁੰਦੀ ਤਾਂ ਸ਼ਾਇਦ ਥੋੜ੍ਹਾ ਜ਼ਿਆਦਾ ਚੈਲੰਜਿੰਗ ਹੈ, ਕਿਉਂਕਿ ਆਫਕੋਰਸ ਰਿਸਪੋਂਸਿਬਿਲਿਟੀ ਆਫ ਅ ਚਾਈਲਡ ਜ਼ਿਆਦਾ ਯੂ ਨੋ ਫੀਮੇਲ 'ਤੇ ਹੈ, ਲੇਡੀ 'ਤੇ ਹੈ। ਆਫਕੋਰਸ ਬੇਅਰ ਉਹਨੇ ਹੀ ਕਰਨਾ ਹੈ, ਸ਼ੀ ਹੈਜ਼ ਟੂ ਕੀਪ ਦ ਚਾਈਲਡ ਇਨ ਹਰ ਵੂਮ, ਬਟ ਹੋਰ ਵੀ ਰਿਸਪੋਂਸਿਬਿਲਿਟੀ ਸੂਨ ਆਫਟਰ ਜਿਹੜੀਆਂ ਜ਼ਿਆਦਾ, ਭਾਵੇਂ ਬਹੁਤ ਅੱਛੀ ਗੱਲ ਹੈ ਅੱਜ ਕੱਲ੍ਹ ਦੇ ਨਵੇਂ ਡੈਡਸ ਦੇ ਟਰਾਈ ਟੂ ਟੇਕ ਯੂ ਨੋ ਇਕੁਅਲ ਰਿਸਪੋਂਸਿਬਿਲਿਟੀ, ਬਟ ਦੇਰ ਇਜ਼ ਸਮਥਿੰਗ ਕਿ ਇੰਸਟਿੰਕਟ ਪਲੱਸ ਯੂ ਨੋ ਜੋ ਵੀ ਸਟਰਕਚਰ ਹੁੰਦਾ ਹੈ ਉਹਦੇ ਕਰਕੇ ਜ਼ਿਆਦਾ ਰਿਸਪੋਂਸਿਬਿਲਿਟੀ ਵੁਮੈਨ 'ਤੇ ਹੈ। ਸੋ ਆਈ ਡੈਫੀਨੇਟਲੀ ਥਿੰਕ ਕਿ ਇੱਕ ਐਕਸਟਰਾ ਕੰਸਿਡਰੇਸ਼ਨ ਹੋਣੀ ਚਾਹੀਦੀ ਹੈ ਕਿ ਵੁਮੈਨ ਰੈਡੀ ਹੈ ਕਿ ਨਹੀਂ, ਟਾਈਮਿੰਗ ਕੀ ਹੈ, ਬਟ ਸਮ ਹਾਓ ਵੀਟੋ ਪਾਵਰ ਟੂ ਸੇ ਯੈਸ ਔਰ ਨੋ ਸ਼ਾਇਦ ਕਪਲ ਦੇ ਵਿੱਚ ਦੋਨਾਂ ਨੂੰ ਹੀ ਬੇਬੀ ਚਾਹੀਦਾ ਹੈ। ਸੋ ਇਟ ਸ਼ੁੱਡ ਬੀ ਵਿਦ ਦ ਵੁਮੈਨ ਕਿ ਵੀਟੋ ਉਹਨਾਂ ਕੋਲ ਲੈ ਕੇ ਉਹ ਕਰ, ਬਟ ਅੱਗੋਂ ਕੀਤਾ ਕੀ ਜਾਏ, ਦੋਨੋਂ ਚਾਹੁੰਦੇ ਨੇ, ਇਜ਼ ਇਟ ਅ ਡੀਲ ਬ੍ਰੇਕਰ, ਵਾਟ ਇਜ਼ ਇਟ, ਲੈਟਸ ਸੀ ਸਾਰੇ ਕੀ ਕਹਿੰਦੇ ਨੇ, ਜ਼ਰੂਰ ਕਾਲ ਕਰੋ, ਲੈਟਸ ਸੀ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਹਾਂਜੀ ਜਸਪ੍ਰੀਤ, ਕੀ ਕਹੋਗੇ ਤੁਸੀਂ? ਮੈਂ ਅੰਡਰਸਟੈਂਡ ਕਰਦੀ ਆ, ਇਹ ਪੋਜੀਸ਼ਨ ਬੜੀ ਔਖੀ ਹੈਗੀ ਐ ਇਸ ਮਾਂ ਲਈ। ਜੀ ਜੀ, ਜੇ ਮੈਂ ਹੁੰਦੀ ਨਾ, ਮੈਂ ਐਕਚੁਅਲੀ ਡਾਇਰੈਕਟਲੀ ਆਪਣੀ ਨੂੰਹ ਨਾਲ ਨਹੀਂ ਗੱਲ ਕਰ ਸਕਾਂਗੀ ਤੇ ਰਿਸਪੈਕਟ ਕਰਾਂਗੀ ਜੋ ਪ੍ਰਾਈਵੇਸੀ, ਜੋ ਬਾਉਂਡਰੀਜ਼, ਆਈ ਥਿੰਕ ਉਹਨੂੰ ਡਾਇਰੈਕਟਲੀ ਉਹਦੇ ਨਾਲ ਗੱਲ ਕਰਨੀ ਮੇ ਬੀ ਉਹ ਪਸੰਦ ਨਹੀਂ ਕਰੇਗੀ। ਓਕੇ ਓਕੇ, ਤੇ ਗੱਲ ਕਰਨੀ ਹੈਗੀ ਆ ਨਾ, ਦੋ ਸਵਾਲ ਮੇਰੇ ਮਨ ਚ ਉੱਠਣਗੇ। ਮੁੰਡਾ ਜੇ ਮਾਂ ਨੂੰ ਆਪਣੀ ਦੱਸ ਸਕਦਾ ਜਾਂ ਪਤਾ ਕਰ ਸਕਦਾ ਆਪਣੀ ਵਾਈਫ ਨਾਲ ਗੱਲ ਕਰਕੇ, ਸਭ ਤੋਂ ਪਹਿਲਾਂ ਬਈ ਵਜ੍ਹਾ ਕੀ ਹੈਗੀ ਹੈ, ਰੀਜ਼ਨ ਕੀ ਹੈਗਾ ਬਈ? ਨੰਬਰ 1 ਇਹ ਸਵਾਲ ਉੱਠਦਾ ਕਿ ਜੌਬ ਇੰਨਾ ਬਿਜ਼ੀ ਆ ਕਿ ਟਾਈਮ ਨਹੀਂ ਹੈਗਾ, ਤੇ ਬਈ ਬੱਚੇ ਹੁਣ ਨਹੀਂ ਚਾਹੁੰਦੀ ਜਾਂ ਕੁਛ ਟਾਈਮ ਲਈ ਰੁਕਣਾ ਚਾਹੁੰਦੀ ਹੈ, ਥੋੜੇ ਟਾਈਮ ਬਾਅਦ ਚਾਹੁੰਦੀ ਹੈ? ਟਰੂ ਟਰੂ। ਜਿਦਾਂ ਤੁਸੀਂ ਜ਼ਿੰਮੇਵਾਰੀ ਕਹਿੰਦੇ ਹੋ ਕਿ ਯੂ ਨੋ ਜੇ ਉਹ ਮੈਡੀਕਲ ਇਸ਼ੂ ਹੈਗਾ ਜਾਂ ਕੋਈ ਸਟੇਟ ਹੋਮ, ਇਹਨਾਂ ਦੇ ਆਵਰ ਜੌਬ ਦੇ ਜੋ ਵੀ ਰੀਜ਼ਨ ਹੈਗਾ ਨਾ, ਬਈ ਪਹਿਲਾਂ ਆਪਣਾ ਆਈ ਥਿੰਕ ਮੁੰਡੇ ਨੂੰ ਕਹਿਣ ਬਈ ਪਤਾ ਕਰਨਾ ਉਹਦੇ ਨਾਲ, ਜੇ ਉਹ ਗੱਲ ਕਰ ਸਕਦਾ ਨਾ ਆਪਣੀ ਵਾਈਫ ਨਾਲ ਤੇ ਉਹਨੂੰ ਦੱਸ ਸਕਦੀ ਹੈ, ਤੇ ਫਿਰ ਮਾਂ ਉਹਦੇ ਨਾਲ ਆਈ ਮੀਨ ਪਤਾ ਕਰਨ, ਜੇ ਫਿਰ ਜੇ ਗੱਲ ਵੀ ਕਰਨੀ ਪਏ ਹੋਰ ਫਰਦਰ, ਤੁਸੀਂ ਰਿਸਪੈਕਟ ਕਰਨਾ ਪਊਗਾ ਜੇ ਵੀ ਜਿਹੜਾ ਵੀ ਉਹਦਾ ਹੀ ਡਿਸੀਜਨ ਹੈਗਾ। ਜੀ ਜੀ, ਪਰ ਜੇ ਕਿਤੇ ਤੁਸੀਂ ਮਦਦ ਕਰ ਸਕਦੇ ਹੋ ਜਾਂ ਆਪਣਾ ਇਨਪੁਟ ਦੇਣਾ ਚਾਹੁੰਦੇ ਹੋ ਜਾਂ ਗੱਲ ਕਰਨਾ ਚਾਹੁੰਦੇ ਹੋ, ਜੇ ਗੱਲ ਕਰਨੀ ਹੈ ਬਾਅਦ ਚ ਨਾ ਬਈ ਉਹਨਾਂ ਦੋਨਾਂ ਨੂੰ ਬਿਠਾ ਕੇ ਉਹਨਾਂ ਨਾਲ ਗੱਲ ਕਰਿਓ, ਬਈ ਕੱਲੀ ਨਾ ਉਹਦੇ ਨਾਲ ਗੱਲ ਕਰਿਓ ਜੇ ਗੱਲ ਕਰਨੀ ਹੈਗੀ ਆ। ਅੱਛਾ, ਪਰ ਪਤਾ ਕਰਨਾ ਚਾਹੀਦਾ ਵੀ ਕਿਉਂ ਇਸ ਤਰ੍ਹਾਂ, ਕਿਉਂਕਿ ਇਹਨਾਂ ਨੂੰ ਨੀਂਦ ਨਹੀਂ ਆਏਗੀ, ਸ਼ੌਕ ਲੱਗਿਆ ਰਹੇਗਾ ਤੇ ਇਹਨਾਂ ਦੀ ਸਿਹਤ ਤੇ ਅਸਰ ਹੋਏਗਾ, ਤੇ ਵਜ੍ਹਾ ਤਾਂ ਪਤਾ ਹੋਣੀ ਚਾਹੀਦੀ ਹੈ ਵੀ। ਜੀ ਬਿਲਕੁਲ ਜਸਪ੍ਰੀਤ, ਤੁਸੀਂ ਬੜਾ ਸਹੀ ਕਹਿ ਰਹੇ ਹੋ ਕਿ ਅਸੀਂ ਆਊਟਸਾਈਡਰ ਆ ਇਸ ਵੇਲੇ, ਇਮੋਸ਼ਨਲੀ ਉਂਝ ਕਨੈਕਟ ਨਹੀਂ ਹੈਗੇ, ਇਹ ਇਸ ਵੇਲੇ ਇਮੋਸ਼ਨਲ ਹੋਏ ਪਏ ਬਹੁਤ ਕਿ ਮਾਈ ਗੋਡ ਹੈ ਕੀ ਹੋ ਗਿਆ। ਯੂ ਨੋ ਅਸੀਂ ਤਾਂ ਵੇਟ ਕਰ ਰਹੇ ਸੀ ਕਿ ਬੱਚਾ ਹੋਏਗਾ ਤੇ ਇਹ ਤੇ ਚਾਹੁੰਦੀ ਨਹੀਂ, ਐਂਡ ਦੈਨ ਦੂਸਰਾ ਡਰ ਔਰ ਕੰਸਰਨ ਹੈ ਕਿ ਉਹ ਮੁੰਡਾ ਕੁੜੀ ਦੋਨੋਂ ਇੱਕ ਸੇਮ ਪੇਜ ਤੇ ਨਹੀਂ ਹੈ, ਇਹਨਾਂ ਦੀ ਆਪਸ ਚ ਰਿਫਟ ਨਾ ਪੈ ਜਾਏ। ਹਾਂਜੀ, ਸੋ ਅਸੀਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਊਟਸਾਈਡਰ ਹੋ ਕੇ ਪਹਿਲਾਂ ਧਿਆਨ ਇਹ ਆਉਣਾ ਚਾਹੀਦਾ ਕਿ ਕੁਐਸਚਨਸ ਕਿਸੇ ਤਰ੍ਹਾਂ ਵੀ ਆਨਸਰ ਹੋ ਸਕਣ ਕਿ ਰੀਜ਼ਨ ਕੀ ਹੈ। ਐਂਡ ਜੀ ਜੀ ਬਿਲਕੁਲ ਸਹੀ, ਐਂਡ ਤੁਸੀਂ ਨਾਲ ਹੀ ਇਹ ਵੀ ਯਾਦ ਕਰਾਇਆ ਜਿਹੜਾ ਕਿ ਬਈ ਯੂ ਨੋ ਕੀ ਕਹਿੰਦੀ ਹੈ ਕਿ ਹੁਣੇ ਨਹੀਂ ਕਰਨਾ, ਲੇਟਰ ਕਰਨਾ ਹੈ, ਕਰੀਅਰ ਕਰਕੇ ਨਹੀਂ ਹੋ ਰਿਹਾ, ਜਾਂ ਯੂ ਨੋ ਐਗਜੈਕਟਲੀ ਸੇਮ ਟਾਈਮਿੰਗ, ਰੈਡੀਨੈਸ, ਐਂਡ ਵਾਈ ਇਜ਼ ਸ਼ੀ ਸੇਇੰਗ ਦੈਟ। ਹਾਂਜੀ, ਸੋ ਮੇਰੇ ਖਿਆਲ ਬਹੁਤ ਅੱਛਾ ਤੁਹਾਡਾ ਇਸ਼ਾਰਾ ਹੈ ਇਸ ਵੇਲੇ, ਔਰ ਕੋਈ ਹੋਰ ਧਿਆਨ ਆਉਂਦਾ ਪਲੀਜ਼ ਡਿਊਰਿੰਗ ਦ ਡਿਸਕਸ਼ਨ ਕਾਲ ਅਸ ਬੈਕ, ਬੜਾ ਜ਼ਰੂਰੀ ਹੈ ਕਿ ਇਸ ਚੀਜ਼ ਦੇ ਬਾਰੇ ਪਤਾ ਲੱਗੇ ਕਿ ਮਨ ਵਿੱਚ ਕੀ ਹੈ ਕੁੜੀ ਦੇ,
हो सकता है कि कई कुड़ियां मैं देखी हैं, कई कुड़ियां जड़ियां के बहुत डरदियां हैं। बहुत छोटी एक मेरी लाइफ विच काफ़ी क्लोज हैगे हैं जड़े कि छोटी उम्र च विआह हो गया। फर्स्ट बेबी तो समझ लो पता ही नहीं लग्या, जिवें ना विद इन एन ईयर हो गया। एंड आफ्टर दैट शी वॉज सो स्केर्ड कि फोबिया जिवें होंदा बिल्कुल कि नहीं हो नहीं सकता। फिर फाइनली जदों जो भी फ्यू ईयर्स दे बाद उन्होंने सोचा कि अच्छा कर सकते हैं, तो शी कांट थैंक इनाफ जो भी किसी ने जिन्हा जिन्हा ने उन्होंने कन्विंस किया कि भाई नहीं तुसी जरूर करो, एक बच्चा सही नहीं होंदा। तो वो मतलब जो भी उन्होंने दिमाग च बाद कई बंदियां नू वो क्रेडिट हाले तक देंदे हैं कि हाय मैं सोच नहीं सकती कि अगर मैं ना कर दी तो मेरा सैकेंड सो कहन का भाव यह है कि कई बार डर बैठ जाता है और किसी भी चीज़ का। ये तो चलो जो मैं पता है बहुत क्लोज रिलेशनशिप हैगा कि वो फर्स्ट बेबी हो चुका सी, सो द कंसर्न वॉज इन दैट अदर थिंग्स। इतने बड़े सारे कंसर्न हो सकते हैं, मेडिकल कोई इशू तो नहीं हैगा, क्यों कह रही है, आपस विच डिफरेंस ऑफ ओपीनियन हूँ पता लगी है, तो कि इन्हों की मैरिज सरवाइव करे। सो ये सारे जड़े हैं कहते हैं ना कि इस तरह दियां सोच हैगी है, ख्याल हैगे हैं, वो एक तो बाद दूजा आंदा है एंड वो वाकई तंग करता है, जिस तरह ये शेयर कर रहे हैं कि मैं सो नहीं सकती अजकल। सो फर्स्ट ऑफ ऑल असी हमेशा करते हैं कोई भी सिचुएशन होए उदे विच अपनियां काम डाउन करनियां पैणगियां, नर्व्स अपनी इमोशनल स्टेट नू पहले बेटर करना पेगा बिफोर तुसी कुछ भी उहनू कंस्ट्रक्टिव वे नाल उहनू डील कर सकते हो। भावें वो जिस तरह जसप्रीत कह रही है गल करनी है, भावें थोड़ी होर पता करना है भी की गल है, पर उस तो पहले ए डोंट जंप इन टू क्वेश्चंस, डोंट जंप टू सिट डाउन विद हर, क्योंकि उदे विच कई बारी असी जिस तरह अपने थॉट्स नू प्रेजेंट करते हैं वो सही नहीं होंगे। सो सब तो पहले हैगा है कि तुसी अपने आप नू काम डाउन करो, और उदा विच बड़ा इस चीज़ का भी हाथ होएगा जिस तरह जसप्रीत ने याद कराया कि सवाल आना चाहिए दिमाग च कि क्यों कर रही, कोई डर तो नहीं बचपन तो कोई ऐसा डर तो नहीं बैठा होया, क्योंकि कई कुड़ियां दे विच कोई ऐसा डर बेबी चाइल्ड बेयरिंग दा वेले कोई ऐसी गल सुनी होए, किसी फ्रेंड दी गल सुनी होए या कोई बचपन च सुनी होए चाइल्ड बेयरिंग दे विच कोई कॉम्प्लिकेशंस आईयां किसी दियां, या उस तरह दा डर बैठा होए, या फिर ब्रिंगिंग अप दे विच शी थिंक्स कि ओहो असी नहीं रिस्पोंसिबिलिटी लैण नूं तैयार नहीं हैगे, या रेडी नहीं हैगे, मैं नहीं हैगी, या सोचती है मेरा हसबेंड नहीं हैगा, या कोई होर इनवायरमेंट। मैनू एक होर कपल जानता है जिहड़ा बड़ी देर बच्चे नूं उन्होंने डिले करते रहे जस्ट बिकॉज वो कर सोचते सी कि वो फाइनैंशली साउंड नहीं है, इत्थे फाइनैंशली नहीं लगता, पर कई बारी सानू थोड़ा ज़्यादा जिहड़ा है ना बड़े रैलेटिव टर्म्स है, मैं कितना भी कमा के सोच सकती हूँ कि मेरा गोल तो इन्ना है, पहला मेरा गोल हो जाएगा ना फिर मैं बेबी करांगी। सो एक होर कपल है जिन्हां नूं मैं बहुत क्लोजली जानती हाँ, वो बड़ी देर तो यही करते सी कि पहले अपना घर हो जाएगा, रेंटेड हाउस से असी बेबी नहीं करना, पहले अपना घर हो जाएगा फिर बेबी करांगे, उहदे कोल घूमण दी जगह होए, उहदे कोल खेडण दी जगह होए। सो समटाइम्स बट इट्स ऑलवेज गुड टू नो कि क्यों दिमाग विच क्यों आ रहा, फिर तुसी एज अ हेल्पर एज अ समझ के नॉन जजमेंटल होके तुसी उहदी सोल्यूशनस प्रोवाइड भी कर सकते हो, हेल्प भी प्रोवाइड कर सकते हो। एंड दूजे पासे एक जिहड़ी फीलिंग आ रही है कि हाय इंज क्यों चाहती है, वो समझ नहीं आ रही क्यों चाहती है, उहदे च भी हेल्प होएगी। सो द एनर्जी ट्रांसफर जिहड़ी होएगी वो बैटर होएगी वैन वी अंडरस्टैंड के रीज़न की है, क्यों कह रही है इंज। सो लैट मी टेक वन मोर कॉल एंड सी की कह रहे हैं। हैलो हेलो अरविंद जी, मैं ਤੁਹਾਨੂੰ ਕਾਲ ਕੀਤਾ, ਅੱਗੇ ਵੀ ਮੈਂ ਕਰਦੀ ਆ ਜਿੱਦਾਂ ਤੁਸੀਂ ਮੈਨੂੰ ਕਾਲ ਕਰਿਓ, ਮੇਰਾ ਫੋਨ ਤਾਂ ਆ ਹੀ ਗਿਆ ਹੋਣਾ। ਜਿੱਦਾਂ ਤੁਸੀਂ ਅੱਜ ਵਾਸਤੇ ਕੀ ਕਹੋਗੇ? ਅੱਜ ਵਾਸਤੇ ਜਿੱਦਾਂ ਠੀਕ ਆ, ਮਾਂ ਹੀ ਆ ਜੋ ਸਮਝ ਸਕਦੀ ਆ, ਬਾਕੀ ਆਪਣੇ ਮੁੰਡੇ ਨੂੰ ਜਿੱਦਾਂ ਆਪਣੇ ਮੁੰਡੇ ਨਾਲ ਗੱਲ ਕਰੇ। ਅੱਛਾ ਜੀ, ਸੋ ਗੱਲ ਕਰੇ ਔਰ ਉਹਦੇ ਵਿੱਚ ਕੀ ਪ੍ਰੋਵਾਈਡ ਕਰੇ, ਗੱਲ ਤੇ ਕੀਤੀ ਹੈ ਉਹਨੇ, ਸੋ ਕੀ ਕੁਐਸਚਨਸ ਉਹਦੇ ਵਿੱਚ ਮਨ ਵਿੱਚ? ਇਹ ਕੁਐਸਚਨ ਕਰੇ ਵੀ ਉਹਨੂੰ ਜਿੱਦਾਂ ਵੀ ਉਹ ਕੀ ਚਾਹੁੰਦੀ ਆ, ਕਾਹਤੋਂ ਨਹੀਂ ਚਾਹੁੰਦੀ, ਜਾਂ ਕੀ ਪ੍ਰੋਬਲਮ ਆ, ਜਾਂ ਤੈਨੂੰ ਕੋਈ ਲੱਗਦਾ ਹੈ, ਜਾਂ ਇਹ ਕਹਿ ਸਕਦੀ ਆ ਮੈਂ। ਜੀ ਜੀ ਜੀ, ਠੀਕ ਹੈ ਜੀ, ਓਕੇ ਜ਼ਰੂਰ, ਮੈਂ ਤੁਹਾਨੂੰ ਓਕੇ ਜੀ, ਮੈਂ ਆਲ ਕਾਲ ਕਰਾਂਗੀ ਤੁਹਾਨੂੰ। ਸੋ ਉਹੀ ਕਿ ਇਹ ਜਾਣਨਾ ਬੜਾ ਜ਼ਰੂਰੀ ਹੋ ਜਾਂਦਾ ਕਿ ਕਿਸ ਤਰ੍ਹਾਂ ਕਿਉਂ ਲੱਗ ਰਿਹਾ, ਐਂਡ
I also wonder ke ਇਹ ਗੱਲ ਇਹਨਾਂ ਦੀ ਆਪਸ ਵਿੱਚ ਕਦੋਂ ਹੋਈ ਹੋਏਗੀ, ਬਿਕੋਜ਼ ਅਗਰ ਤੇ ਉਹ ਜਿਵੇਂ ਕਹਿੰਦੇ ਨਾ ਕਿ ਡਿਸੀਜਨ ਹੈ ਮੈਂ ਨਹੀਂ ਕਰਨਾ, ਦੈਟ ਸ਼ੁੱਡ ਹੈਵ ਬੀਨ ਅਰਲੀ ਔਨ ਈਵਨ ਇਨ ਅ ਰਿਲੇਸ਼ਨਸ਼ਿਪ। ਅਗਰ ਕੁੜੀ ਕੋਈ ਇੰਨੀ ਜ਼ਿਆਦਾ ਡਿਟਰਮਿੰਡ ਹੋਏ ਜਾਂ ਸੋਚ ਕੇ ਜਿਹਨੇ ਰੱਖਿਆ ਹੋਇਆ ਹੈ ਜਾਂ ਜਿਹਨੂੰ ਆਪ ਹੀ ਨਹੀਂ ਪਤਾ, ਦੈਟਸ ਅ ਡਿਫਰੈਂਟ ਸਟੋਰੀ। ਬਟ ਅਗਰ ਕੋਈ ਪਹਿਲੇ ਹੀ ਪ੍ਰਿਪੇਅਰਡ ਹੈ ਤਾਂ ਉਹਨੂੰ ਕਿਹੜੇ ਪੁਆਇੰਟ 'ਤੇ ਉਹਨੇ ਆਪਣੇ ਪਾਰਟਨਰ ਨੂੰ ਦੱਸਿਆ, ਸ਼ੇਅਰ ਕੀਤਾ ਕਿ ਨਹੀਂ ਮੈਂ ਬੱਚਾ ਨਹੀਂ ਚਾਹੁੰਦੀ, ਉਹ ਵੀ ਬੜਾ ਇੰਪੋਰਟੈਂਟ ਹੈ। ਸੋ ਆਈ ਵੋਂਡਰ ਕਿ ਵੈਨ ਡਿਡ ਇਟ ਕਮ ਅਪ ਕਿ ਇਹ ਚੀਜ਼ ਮੁੰਡੇ ਨੂੰ ਪਤਾ ਕਦੋਂ ਲੱਗੀ। ਯੂ ਨੋ ਬੜੇ ਸਾਰੇ ਇਹ ਵੀ ਮਾਂ ਜਿਹੜੀ ਹੈ ਪਤਾ ਕਰੇ ਕਿ ਕਦੋਂ ਪਤਾ ਲੱਗੀ ਕਿ ਪਹਿਲੇ ਜਾਂ ਤਾਂ ਕੁੜੀ ਨੇ ਦੱਸਿਆ ਔਰ ਮੁੰਡੇ ਨੇ ਸੋਚਿਆ ਕਿ ਮੈਨੂੰ ਨਹੀਂ ਫਰਕ ਪੈਂਦਾ, ਮੈਨੂੰ ਤਾਂ ਤੇਰੇ ਨਾਲ ਪਿਆਰ ਹੈ, ਆਈ ਡੋਂਟ ਕੇਅਰ, ਐਂਡ ਦੈਨ ਹੁਣ ਉਹ ਐਜ਼ ਹੀ ਇਜ਼ ਗਰੋਇੰਗ ਓਲਡ ਉਹ ਮਹਿਸੂਸ ਕਰ ਰਿਹਾ ਕਿ ਹੀ ਵਾਂਟਸ ਟੂ ਬੀ ਅ ਡੈਡ। ਜਾਂ ਫਿਰ ਕੁੜੀ ਨੇ ਹੀ ਨਹੀਂ ਦੱਸਿਆ ਪਰ ਉਹਦੇ ਦਿਮਾਗ ਵਿੱਚ ਇਹ ਸੀਗਾ ਪਹਿਲੇ। ਔਰ ਤੀਸਰੀ ਚੀਜ਼ ਹੋ ਸਕਦੀ ਹੈ ਕਿ ਕੁੜੀ ਨੂੰ ਵੀ ਐਸੀ ਚੀਜ਼ ਉਹਨੇ ਵੀ ਨਹੀਂ ਸੋਚੀ ਸੀ ਇੰਜ ਕਿ ਇੰਜ ਹੋਏਗਾ, ਬਟ ਹੁਣ ਐਜ਼ ਦ ਟਾਈਮ ਇਜ਼ ਗਰੋਇੰਗ ਹੋ ਸਕਦਾ ਉਹਨੂੰ ਅਹਿਸਾਸ ਇਸ ਚੀਜ਼ ਦਾ ਹੋ ਰਿਹਾ ਕਿ ਉਹ ਬੱਚੇ ਵਾਸਤੇ ਰੈਡੀ ਨਹੀਂ ਹੈ। ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ ਹੈਲੋ, ਹਾਂਜੀ ਅਰਵਿੰਦ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਡਾ ਮੁੱਦਾ ਬੜਾ ਹੀ ਅੱਛਾ ਹੈ। ਕਈਆਂ ਮਾਵਾਂ ਦੀ ਪ੍ਰੋਬਲਮ ਹੈ ਤੇ ਉਹ ਐਕਚੁਅਲੀ ਮੈਂ ਤੁਹਾਡੀ ਸਾਰਾ ਸੁਣਿਆ ਤੇ ਉਹਦੇ ਵਿੱਚ ਮੈਨੂੰ ਤੇ ਲੱਗਾ ਹੈ ਕਿ ਜਦੋਂ ਮਾਂ ਨੂੰ ਇਹ ਪਤਾ ਚੱਲਿਆ ਕਿ ਬੱਚਾ ਮੇਰਾ ਅੱਜ ਕੱਲ ਅਪਸੈਟ ਰਹਿੰਦਾ ਹੈ ਜੀ, ਤੇ ਪਹਿਲਾਂ ਤੇ ਉਹ ਮਾਂ ਉਹਦੇ ਨਾਲ ਖੁੱਲ ਕੇ ਗੱਲ ਕਰੇ ਕਿ ਭਈ ਅਪਸੈਟ ਰਹਿੰਦਾ ਉਹਦਾ ਕੀ ਹੈਗਾ ਹੈ, ਜੇ ਉਹਨੂੰ ਇਹੀ ਲੱਗਦਾ ਕਿ ਵੀ ਉਹ ਬੱਚੇ ਤੋਂ ਅਪਸੈਟ ਹੈ, ਤੇ ਇਹੀ ਗੱਲ ਕਿ ਉਹਨੂੰ ਪੁੱਛੇ ਕਿ ਵੀ ਤੈਨੂੰ ਕਦੋਂ ਤੋਂ ਪਤਾ ਲੱਗਾ ਹੈ, ਤੁਹਾਡਾ ਪਹਿਲਾਂ ਕੀ ਡਿਸੀਜਨ ਸੀਗਾ ਤੇ ਹੁਣ ਇਹ ਕੀ ਹੋਇਆ ਹੈ, ਡਿਸੀਜਨ ਕੀ ਹੈ ਤੇ ਕਿਉਂ ਮਤਲਬ ਉਹ ਇਸ ਤਰ੍ਹਾਂ ਕਹਿ ਰਹੀ ਆ। ਉਹ ਆਪਾਂ ਆਪਣੇ ਬੱਚੇ ਕੋਲੋਂ ਪਹਿਲਾਂ ਪੁੱਛੇ ਕਿਉਂਕਿ ਨੌਂ ਨਾਲ ਗੱਲ ਕਰਨੀ ਥੋੜੀ ਔਖੀ ਹੁੰਦੀ ਹੈ, ਠੀਕ ਹੈ, ਤੇ ਪਰ ਫਿਰ ਵੀ ਜੇ ਨੌਂ ਨਾਲ ਵੀ ਗੱਲ ਕਰਨੀ ਪਵੇ ਤਾਂ ਉਹਨੂੰ ਪਹਿਲਾਂ ਪਿਆਰ ਨਾਲ ਇਹੀ ਕਹੇ ਕਿ ਬੇਟੇ ਮੈਂ ਉਹੀ ਗੱਲ ਜੋ ਮੈਂ ਆਪਣੀ ਧੀ ਨਾਲ ਗੱਲ ਕਰਦੀ ਹਾਂ, ਤੂੰ ਵੀ ਮੇਰੀ ਧੀ ਆ, ਮੈਂ ਤੇਰੇ ਨਾਲ ਗੱਲ ਮਤਲਬ ਕਰਨਾ ਚਾਹੁੰਦੀ ਹਾਂ। ਤੇ ਮੈਨੂੰ ਪਤਾ ਚੱਲਿਆ ਬੇਟੇ ਨਾਲ ਗੱਲ ਕਰਨ ਤੋਂ ਬਾਅਦ ਕਿ ਮੈਨੂੰ ਪਤਾ ਚੱਲਿਆ ਕਿ ਤੁਹਾਡਾ ਇਹ ਡਿਸੀਜ਼ਨ ਆ, ਤੇ ਇਹ ਡਿਸੀਜ਼ਨ ਤੁਹਾਡਾ ਕਿਸ ਕਾਰਨ ਕਰਕੇ ਆ, ਵੀ ਜੋ ਵੀ ਤੇਰਾ ਡਿਸੀਜ਼ਨ ਹੋਊਗਾ ਮੈਂ ਉਹਦੇ ਨਾਲ ਸਹਿਮਤ ਹੋਊਂਗੀ, ਪਰ ਤੂੰ ਮੇਰੇ ਨਾਲ ਬੱਚੇ ਖੁੱਲ੍ਹ ਕੇ ਗੱਲ ਕਰ ਲਾ ਤਾਂ ਕਿ ਦੋਵਾਂ ਵਿੱਚ ਉਹਨਾਂ ਵਿੱਚ ਵੀ ਕੋਈ ਪਵੇ ਨਾ, ਉਹਨਾਂ ਵਿੱਚ ਲੜਾਈ ਨਾ ਪਵੇ, ਅਤੇ ਕੁਛ ਤੁਸੀਂ ਹੈਲਪ ਕਰ ਸਕੋ ਉਹਨਾਂ ਦੇ ਵਿੱਚ, ਅਤੇ ਕੁਛ ਤੁਸੀਂ ਤੁਹਾਡੇ ਪਰਿਵਾਰ ਵਿੱਚ ਵੀ ਕੋਈ ਇਹੋ ਜਿਹੀ ਗੱਲ ਨਾ ਹੋਵੇ ਕਿ ਜਿਹਦੇ ਵਿੱਚ ਇਹ ਬੱਚੇ ਨੂੰ ਲੈ ਕੇ ਕੋਈ ਨਾ ਕੋਈ ਖਟਪਟੀ ਪੈ ਜਾਏ। ਸੋ ਆਈ ਥਿੰਕ ਜਦੋਂ ਤੁਸੀਂ ਆਪਣੀ ਨੌਂ ਨਾਲ ਗੱਲ ਕਰ ਲਓਗੇ ਨਾ ਤਾਂ ਤੁਹਾਡੇ ਵਾਸਤੇ ਡੋਰ ਖੁੱਲ੍ਹ ਜਾਏਗਾ ਕਿ ਦੋਵਾਂ ਨਾਲ ਬੈਠ ਕੇ ਆਰਾਮ ਨਾਲ ਗੱਲ ਕਰੋ, ਦੋਵਾਂ ਨੂੰ ਸਮਝਾ ਲਓ ਜੇ ਤੇ ਵੇਖੋ ਹੋ ਸਕਦਾ ਤੁਸੀਂ ਮੁੰਡੇ ਨੂੰ ਇਹ ਕਹੋ ਕਿ ਓਕੇ ਠੀਕ ਹੈ ਨਹੀਂ ਉਹ ਚਾਹੁੰਦੀ ਤਾਂ ਕੋਈ ਨਹੀਂ, ਤੁਸੀਂ ਆਪਸ ਵਿੱਚ ਪਿਆਰ ਨਾਲ ਜ਼ਿੰਦਗੀ ਬਿਤਾਓ ਤਾਂ ਕਿ ਉਹਨਾਂ ਵਿੱਚ ਕੋਈ ਉਹ ਚੀਜ਼ ਨਾ ਹੋ ਜਾਏ ਕਿ ਉਹ ਅਲੱਗ ਅਲੱਗ ਹੋ ਜਾਣ, ਕਿਉਂਕਿ 8 ਸਾਲ ਤੋਂ ਇਕੱਠੇ ਰਹਿ ਰਹੇ ਹਾਂ, ਫਿਰ ਉਹਨਾਂ ਦਾ ਬੜਾ ਕੁਛ ਸਾਂਝਾ ਹੋਏਗਾ ਅਤੇ ਬੜਾ ਕੁਛ ਉਹਨਾਂ ਨੂੰ ਆਪਸ ਵਿੱਚ ਉਹਨਾਂ ਦਾ ਅੰਡਰਸਟੈਂਡਿੰਗ ਹੋਏਗੀ। ਸੋ ਪਹਿਲਾਂ ਇਹਨਾਂ ਨੂੰ ਉਹ ਰੀਜ਼ਨ ਕਾਰਨ ਜਾਣਨ ਦੀ ਲੋੜ ਹੈ, ਮੈਂ ਇਹੀ ਕਹਾਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਜੀ ਜੀ, ਬਹੁਤ ਧੰਨਵਾਦ ਤੁਹਾਡਾ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਵੈਲਕਮ ਬੈਕ, ਅਸੀਂ ਗੱਲ ਕਰ ਰਹੇ ਹਾਂ। ਸੋ ਯੂ ਨੋ ਆਲਮੋਸਟ 70-80% ਆਫ ਦ ਪਾਪੂਲੇਸ਼ਨ ਈਵਨ ਟੂਡੇ ਅੱਜ ਵੀ ਸੋਚਦੇ ਹਾਂ ਕਿ ਮੈਰਿਜ ਦਾ ਜਿਹੜਾ ਲੋਜੀਕਲ ਜਾਂ ਓਬਵੀਅਸ ਕੋਨਸੀਕੁਐਂਸ ਹੈ ਕਿ ਯੂ ਨੋ ਬੱਚਾ ਮੈਰਿਜ ਤੋਂ ਬਾਅਦ ਆਉਣਾ ਹੀ ਹੈ, ਉਹ 70-80% ਇਨ ਸੋਚਦੇ ਹਾਂ। ਪਰ ਦੇਰ ਆਰ ਪੀਪਲ ਹੂ ਥਿੰਕ ਡਿਫਰੈਂਟਲੀ, ਬਟ ਬਹੁਤ ਔਫਨ ਉਸ 20% ਤੋਂ ਜਿਹੜੇ ਬੰਦੇ ਹੈ ਉਹਨਾਂ ਨੇ ਪਹਿਲੇ ਗੱਲ ਕੀਤੀ ਹੁੰਦੀ ਹੈ। ਅਗਰ ਇੱਕ ਦੇ ਵਿੱਚ ਮਨ ਦੇ ਵਿੱਚ ਡਾਊਟ ਹੈ ਜਾਂ ਦੂਸਰੇ ਦੇ ਮਨ ਵਿੱਚ ਡਾਊਟ ਹੈ ਤਾਂ ਉਹਨਾਂ ਨੇ ਇਸ ਚੀਜ਼ ਬਾਰੇ ਗੱਲ ਕੀਤੀ ਹੁੰਦੀ ਹੈ ਪਹਿਲੇ, ਟੂ ਐਂਟਰ ਇਨ ਬਿਫੋਰ ਦੇ ਐਂਟਰ ਮੈਰਿਜ। ਸੋ ਇਹ ਆਈ ਵੋਂਡਰ ਕਿ ਉਹਨਾਂ ਨੇ ਇਹ ਗੱਲ ਨਹੀਂ ਕੀਤੀ ਹੋਈ ਜਾਂ ਇਹ ਨਿਊ ਡਿਵੈਲਪਮੈਂਟ ਹੈ ਕਿ ਕੁੜੀ ਨੂੰ ਵੀ ਹੁਣ ਅਹਿਸਾਸ ਹੋ ਰਿਹਾ। ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲ ਰਹੇ ਹੋ? ਹਾਂਜੀ, ਮੈਂ ਪਰਮਿੰਦਰ ਬੋਲਦੀ। ਹਾਂਜੀ ਪਰਮਿੰਦਰ ਜੀ, ਦੱਸੋ, ਸਵਾਗਤ ਹੈ। ਥੈਂਕ ਯੂ ਜੀ। ਇਹ ਅਰਵਿੰਦ ਜੀ, ਗੱਲ ਇਸ ਤਰ੍ਹਾਂ ਕਿ ਉਹਨੂੰ ਪੁੱਛਣਾ ਜ਼ਰੂਰੀ ਹੈ, ਲੜਕੀ ਨੂੰ ਪੁੱਛਣਾ ਜ਼ਰੂਰੀ ਹੈ ਵੀ ਉਹ ਚਾਹੁੰਦੀ ਨਹੀਂ ਜਾਂ ਲੇਟ ਚਾਹੁੰਦੀ ਹੈ। ਕਾਰਨ ਪੁੱਛਣਾ ਜ਼ਰੂਰੀ ਹੈ, ਪਹਿਲੇ ਆਪਣੇ ਬੱਚੇ ਕੋਲੋਂ ਹੀ ਪੁੱਛਣ ਲੜਕਾ ਕੀ ਕਹਿੰਦਾ, ਸਿੱਧਾ ਉਹਨਾਂ ਨੂੰ ਬਿਠਾ ਕੇ ਸਾਹਮਣੇ ਹੀ ਪੁੱਛਣ ਵੀ ਉਹ ਕੀ ਕਹਿੰਦੀ ਹੈ, ਕਿਉਂ ਨਹੀਂ ਚਾਹੁੰਦੀ ਜੀ, ਉਹਦੇ ਕੋਈ ਉਹਦੇ ਮਨ ਵਿੱਚ ਪਲੈਨਿੰਗ ਹੈ ਕਿ ਬਾਅਦ ਕਰਨਾ ਹੈ ਜਾਂ ਇਹ ਹੋ ਜਾਏ ਤੇ ਕਰਨਾ ਹੈ। ਕਿਉਂਕਿ ਘਰ ਘਰ ਦੀ ਗੱਲ ਹੈ, ਸਾਡੇ ਆਪਣੇ ਘਰ ਵੀ
ਮਸੇਰੇ ਲੇਟ ਕੀਤੇ ਨੇ ਬੱਚਿਆਂ ਨੇ, ਜੀ ਜੀ ਬਿਲਕੁਲ, ਪਹਿਲੇ ਬੱਚਿਆਂ ਨੇ ਵੀ ਜਲਦੀ ਸ਼ਾਦੀ ਹੋ ਗਈ ਸੀ, ਪਰ 5-6 ਸਾਲ ਬਾਅਦ ਹੀ ਕੀਤਾ। ਹਾਂਜੀ, ਹੁਣ ਘਰ ਲੈ ਲਈਏ, ਹੁਣ ਇਹ ਗੱਡੀ ਲੈ ਲਈਏ, ਹੁਣ ਚੰਗੀਆਂ ਜੋਬਾਂ ਸੀ, ਸਭ ਕੁਝ ਚੰਗਾ ਸੀ, ਰਾਈਟ। ਔਰ ਦੂਸਰੇ ਬੇਟੇ ਦੇ ਘਰ ਵੀ ਹੁਣ ਲਾਸਟ ਵੀਕ ਹੀ ਲੜਕੀ ਹੋਈ 8 ਸਾਲ ਬਾਅਦ। ਅੱਛਾ ਅੱਛਾ, ਬਹੁਤ ਬਹੁਤ ਵਧਾਈਆਂ ਤੁਹਾਨੂੰ। ਨਹੀਂ ਕਰਨਾ, ਇਹਦੀ ਜੋਬ ਲੱਗ ਲਵੇ ਨਾ ਇਹ ਹੋ ਜਾਏ। ਹਾਂਜੀ, ਉਹ ਕਰਦਿਆਂ ਕਰਦਿਆਂ ਫਿਰ ਟਾਈਮ ਹੋ ਜਾਂਦਾ, ਠੀਕ ਹੈ। ਪਰ ਬਾਅਦ ਵਿੱਚ ਫਿਰ ਕਈ ਵਾਰ ਪ੍ਰੋਬਲਮ ਵੀ ਹੁੰਦੀਆਂ ਹੈ ਕਿ 35 ਤੋਂ ਉੱਪਰ ਲੜਕੀ ਹੋ ਜਾਏ ਤੇ ਫਿਰ ਕਈ ਤਰ੍ਹਾਂ ਦੇ ਵੱਖਰੇ ਟੈਸਟ ਹੁੰਦੇ ਹਨ, ਜੀ ਜੀ ਜੀ, ਕਰਾਣੇ ਪੈਂਦੇ ਨੇ, ਜੀ ਜੀ ਜੀ। ਆ ਦੂਸਰੇ ਟਾਈਮ ਤੇ ਸਾਡੇ ਨਾਲ ਇਸ ਤਰ੍ਹਾਂ ਹੋਇਆ, ਪਰ ਅੱਗੇ ਦੇ ਆ ਨਾਲ ਬਹੁਤ ਪਿਆਰੀ ਬੱਚੀ ਹੋਈ ਹੈ। ਜੀ ਜੀ ਜੀ, ਬਹੁਤ ਵਧਾਈਆਂ ਤੁਹਾਨੂੰ, ਪਰ ਥੈਂਕ ਯੂ ਸੋ ਮਚ ਪਰਮਿੰਦਰ ਜੀ ਕਿ ਤੁਸੀਂ ਕਹਿੰਦੇ ਹਨ ਵੀ ਕਰਨਾ ਨਹੀਂ, ਕਰਨਾ ਪਰ ਅੱਜ ਨਹੀਂ ਕਰਨਾ, ਅੱਜ ਨਹੀਂ ਕਰਨਾ, ਇਹ ਹੋ ਜਾਏ ਕਰਾਂਗੇ, ਹੋ ਜਾਏ, ਕੈਰੀਅਰ ਦੇ ਪਿੱਛੇ ਲੱਗੇ ਰਹਿੰਦੇ। ਰਾਈਟ ਰਾਈਟ ਰਾਈਟ, ਤਾਂ ਬੱਚੇ ਨੂੰ ਪੁੱਛਣਾ ਜ਼ਰੂਰੀ ਹੈ ਕਿ ਉਹਦੇ ਮਨ 'ਚ ਕੋਈ ਡਰ ਹੈ ਜਾਂ ਕੋਈ ਪਲੈਨਿੰਗ ਹੈ, ਜਾਂ ਕਰਨਾ ਹੀ ਨਹੀਂ ਚਾਹੁੰਦੀ ਤੇ ਕਿਉਂ ਨਹੀਂ ਕਰਨਾ ਚਾਹੁੰਦੀ, ਜੀ ਜੀ ਜੀ, ਸੋਚ ਸਕਦੇ ਨਾ, ਕਹਿ ਸਕਦੇ ਜਾਂ ਸਮਝਾ ਸਕਦੇ। ਥੈਂਕ ਯੂ ਸੋ ਮਚ ਜੀ, ਗੱਲ ਨਹੀਂ ਪਤਾ ਲੱਗੇਗੀ ਤੇ ਨਹੀਂ ਪਤਾ ਲੱਗੇ, ਰਾਈਟ, ਸੋਚ ਲਈ ਰਹਿਣਗੇ। ਬਿਲਕੁਲ ਬਿਲਕੁਲ, ਥੈਂਕ ਯੂ ਸੋ ਮਚ ਪਰਮਿੰਦਰ ਜੀ, ਤੁਸੀਂ ਇੱਕ ਆਪਣੀ ਗੱਲ ਸ਼ੇਅਰ ਕਰਕੇ ਕਿ ਇਹ ਅਸੀਂ ਰਿਲੇਟ ਕਰ ਸਕਦੇ ਹਾਂ, ਕਿਉਂਕਿ ਬੜੇ ਬੱਚੇ ਅੱਜ ਕੱਲ੍ਹ ਇਹ ਕਰ ਰਹੇ ਹੈ, ਡਿਲੇ ਕਰ ਰਹੇ ਹੈ, ਕਿ ਯੂ ਨੋ ਨਾ ਨਹੀਂ ਕਰ ਰਹੇ, ਡਿਲੇ ਕਰ ਰਹੇ ਹੈ ਰੀਜ਼ਨਸ, ਯੂ ਨੋ ਜਿਵੇਂ ਇਹਨਾਂ ਨੇ ਵੀ ਕਿਹਾ, ਮੈਂ ਵੀ ਦੇਖਿਆ ਕਿ ਯੂ ਨੋ ਕਰ ਲੈ ਲਈਏ, ਗੱਡੀ ਲੈ ਲਈਏ, ਜੋਬ ਬੈਟਰ ਹੋ ਜਾਏ, ਹਾਲਾਂਕਿ ਔਨ ਦ ਆਊਟਸਾਈਡ ਅਸੀਂ ਦੇਖਦੇ ਹਾਂ ਕਿ ਉਹ ਬੜੇ ਅੱਛੇ ਸੈਟਲਡ ਹੈ, ਸਭ ਵਾਹਿਗੁਰੂ ਦੀ ਕਿਰਪਾ ਹੈਗੀ ਹੈ, ਸਭ ਕੁਝ ਠੀਕ ਹੋ ਰਿਹਾ, ਬਟ ਸਮਹਾਓ ਉਹਨਾਂ ਦਾ ਗੋਲ ਕੁਛ ਹੋਰ ਤਰ੍ਹਾਂ ਹੁੰਦਾ, ਸੋ ਉਹ ਰੀਜ਼ਨ। ਔਰ ਬਟ ਇੱਥੇ ਜਿਹੜਾ ਕਿਉਂ ਇਹ ਘਬਰਾਏ ਹੋਏ ਹੈ, ਕਿਉਂਕਿ ਉਹਨਾਂ ਨੂੰ ਇਹੀ ਸਮਝ ਆਈ ਹੈ ਮੁੰਡੇ ਦੀ ਗੱਲ ਤੋਂ ਕਿ ਉਹਨੇ ਕਿਹਾ ਕਿ ਉਹ ਕੁੜੀ ਚਾਹੁੰਦੀ ਨਹੀਂ, ਸੋ ਉਸ ਕਰਕੇ ਕਾਫੀ ਘਬਰਾਏ ਹੋਏ ਹੈ, ਪਰ ਉਹੀ ਇਟ ਇਜ਼ ਨੋਟ ਐਨ ਅਲਟੀਮੇਟ। ਮੈਨੂੰ ਇਹ ਲੱਗਦਾ ਕਿ ਕਿਉਂਕਿ ਅਗਰ 8 ਸਾਲ ਦੇ ਰਿਲੇਸ਼ਨਸ਼ਿਪ ਦੇ ਵਿੱਚ ਇਹ ਪਹਿਲੇ ਗੱਲ ਕਹੀ ਨਹੀਂ ਹੋਈ ਸੀ ਕੁੜੀ ਨੂੰ ਇਸ ਤਰ੍ਹਾਂ ਲੱਗ ਰਿਹਾ ਇਸ ਵੇਲੇ, ਤਾਂ ਕੋਈ ਜ਼ਰੂਰੀ ਨਹੀਂ ਹੈ ਕਿ ਉਹ ਇੱਥੇ ਡਿਟਰਮਿੰਡ ਹੋ ਗਈ ਹੈ, ਯੂ ਨੋ ਇਹ ਗੱਲ ਖਤਮ ਹੋ ਗਈ ਹੈ ਇੱਥੇ, ਕਿਉਂਕਿ ਹੁਣੇ ਮੈਨੂੰ ਟੈਕਸਟ ਆਇਆ ਕਿ ਮੁੰਡਾ ਲੱਗਦਾ ਹੈ ਤੁਹਾਨੂੰ ਕਿ ਇਸ ਇਹ ਡਿਵੋਰਸ ਦੇ ਵਿੱਚ ਲੀਡ ਕਰੇਗੀ ਗੱਲ, ਕਿ ਡਿਵੋਰਸ ਲੈਣਾ ਚਾਹੀਦਾ ਹੈ ਉਹਨੂੰ, ਇਸ ਗੱਲ 'ਤੇ ਲੀਡ ਕਰੇਗੀ, ਸੋ ਆਈ ਡੋਂਟ ਥਿੰਕ ਸੋ ਯੈਟ, ਇਟਸ ਟੂ ਅਰਲੀ ਟੂ ਸੇ, ਸੋ ਲੈਟ ਮੀ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸੁਰਜੀਤ ਜੀ, ਕੀ ਕਹਿੰਦੇ ਹੋ ਜੀ? ਸਤਿ ਸ਼੍ਰੀ ਅਕਾਲ, ਇਹ ਡਿਵੋਰਸ ਜ਼ਰੂਰ ਸੱਚ ਕੁਛ ਨਹੀਂ ਹੁੰਦਾਗਾ। ਅੱਛਾ ਜੀ, ਇਹ ਪਹਿਲਾਂ ਸੋਚ ਲੈਣਾ ਚਾਹੀਦਾਗਾ। ਠੀਕ ਹੈ ਠੀਕ ਹੈ ਜੀ, ਠੀਕ ਹੈ ਜੀ, ਬਹੁਤ ਵਧੀਆ। ਹਾਂ, ਸੋਚ ਲੈਣਾ ਚਾਹੀਦਾ ਮੁੰਡੇ ਕੁੜੀ ਨੂੰ, ਠੀਕ ਹੈ। ਮੈਂ ਤਾਂ ਉਹਦੇ ਬੇਟੇ ਦੇ ਬੇਟੇ ਦਾ ਵਿਆਹ ਕੀਤਾ, ਬੇਟੀਆਂ ਦਾ ਕੀਤੇ, ਉੱਥੇ ਕਰਕੇ ਲਿਆਈ ਸੀ ਜੀ, ਮੇਰੀ ਪਸੰਦ ਦੇ ਹੋਈ ਹੈ, ਬਹੁਤ ਵਧੀਆ। ਹੁਣ ਮੇਰੀਆਂ ਬੇਟੀਆਂ ਦੇ 2-2 ਬੱਚੇ ਆ ਜੀ, ਹੁਣ ਜਿਵੇਂ ਮਰਜ਼ੀ ਆ ਕਰਨ ਆਪਾਂ ਨੂੰ ਕੀ ਬਈ, ਬਿਲਕੁਲ ਠੀਕ, ਭਜਨ ਮਾਤਾ ਅਰਵਿੰਦ ਜੀ। ਹਾਂ, ਬਹੁਤ ਸੋਹਣੀ ਗੱਲ ਤੁਸੀਂ ਕਹੀ, ਵੀ ਵਧੀਆ ਲੱਗਿਆ, ਤੁਸੀਂ ਬਹੁਤ ਪਿਆਰੇ ਲੱਗਦੇ ਹੋ, ਜਲਦੀ ਜਲਦੀ ਆਈ ਮੈਂ ਅਰਵਿੰਦ ਦੀ ਗੱਲ ਸੁਣਨੀ। ਥੈਂਕ ਯੂ ਸੋ ਮਚ ਸੁਰਜੀਤ ਜੀ, ਹੋਰ ਗੱਲਾਂ ਸੁਣਦੇ ਆ ਸਾਰਿਆਂ ਦੀਆਂ ਵੀ ਜੀ, ਜਾਨੀ ਮੇਰੇ ਬੈੱਡ ਤੇ ਬੈਠੀ ਆ ਤੂੰ। ਹਾਂਜੀ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ, ਹਾਂਜੀ ਹਾਂਜੀ ਹਾਂਜੀ, ਨਸੀਬ ਜੀ ਕੀ ਕਹਿੰਦੇ ਹੋ? ਘਰ ਲਿਆ, ਘਰ ਲੈ ਕੇ ਬਿਜ਼ਨਸ ਲਿਆ, ਬਿਜ਼ਨਸ ਲੈ ਕੇ 2 ਮੁੰਡੇ ਹੋਏ ਆ ਹੁਣ ਜੀ ਜੀ, ਹੁਣ ਇਹ ਪਿਆਰ ਨਾਲ ਕੰਮ ਚੱਲੂਗਾ, ਬੋਟੀ ਤੋਂ ਐਕ ਨੂੰ ਸੱਸ ਨਾ ਸਮਾਰ ਕੇ ਗੱਲ ਕਰ, ਪੁੱਤ ਨੂੰ ਪੁੱਛ ਦੇ, ਉਹਨੂੰ ਕਹੇ ਬੇਟਾ ਵੀ ਜੇ ਤਾਂ ਗੱਲ ਹੋਈ ਆ, ਉਹਨੇ ਖੁਦ ਸਾਰਿਆਂ ਨੂੰ ਕਿਹਾ, ਫਿਰ ਤਾਂ ਹੋਰ ਗੱਲ ਆ ਮੈਂ ਸੁਣੀ ਨੀ ਜੀ, ਉਹਨੂੰ ਕਹੇ ਬੇਟਾ ਵੀ ਆਪਾਂ ਡਾਕਟਰ ਦੇ ਚੱਲੀਏ ਵੀ ਕੀ ਗੱਲ ਆ, ਵੀ ਕੋਈ ਆਪਾਂ ਚੈੱਕਅਪ ਕਰਾਈਏ ਵੀ ਪ੍ਰੋਬਲਮ ਤਾਂ ਨੀ, ਵੀ ਬੱਚਾ ਹੁਣ ਲੇਟ ਹੁੰਦੇ ਜਾਂਦੇ ਆ, ਜੇ ਉਹਨੇ ਕਿਹਾ ਵੀ ਮੈਂ ਜਮਾ ਨੀ ਚਾਹੀਦਾ, ਫਿਰ ਉਹ ਪੁੱਛੇ ਫਿਰ ਕਿਹਾ ਵੀ ਸਾਨੂੰ ਤਾਂ ਬੱਚਾ ਚਾਹੀਦਾ, ਤੂੰ ਦੱਸ ਵੀ ਤੈਨੂੰ ਕਿਉਂ ਨੀ ਚਾਹੀਦਾ, ਕਿਉਂ ਨੀ ਚਾਹੀਦਾ ਜੀ, ਵੀ ਚਾਹੀਦਾ ਬੱਚਾ, ਇੱਕ ਭਾਵੇਂ ਇੱਕ ਹੋਵੇ ਕੁੜੀ ਭਾਵੇਂ ਮੁੰਡਾ, ਪਰ ਇੱਕ ਟਰਾਈ ਕਰ ਤੂੰ, ਫਿਰ ਨਾ ਮੰਨੀ ਫਿਰ ਕੋਈ ਚਾਂਸ ਦਾ ਸੋਚਣ ਮੁੰਡਾ ਦੇ ਮਾਂ, ਬੱਚਾ ਤਾਂ ਆਪਾਂ ਬੱਚੇ ਦੀ ਖਾਤਰ ਵਿਆਹ ਕਰੋ, ਰੋਟੀਆਂ ਤਾਂ ਮਾਵਾਂ ਹੀ ਪਕਾ ਦਿੰਦੀਆਂ ਹੈ, ਕਿਹੜਾ ਆਪਣਾ ਅਣਸ ਵਧੇ, ਬੱਚਾ ਉਹਦਾ ਡਾਕਟਰਾਂ ਦੇ ਰਾਹ ਕਰ ਪੋਲੇ ਕਰ ਦਿੰਦੀਆਂ, ਜਾ ਜਾ ਕੇ ਅਗਲਾ ਕਹਿੰਦਾ ਕੁੜੀਆਂ ਵੀ ਕਹਿੰਦੀਆਂ ਸਾਡਾ ਇਲਾਜ ਸਾਨੂੰ ਬੱਚਾ ਚਾਹੀਦਾ, ਇਹਨੂੰ ਬੜਾ ਕਿਉਂ ਨੀ ਚਾਹੀਦਾ,
ਜਰੂਰ ਚਾਹੀਦਾ ਪਰ ਪਿਆਰ ਨਾਲ ਸੱਸ ਪੁੱਛ ਲੈ, ਕੋਈ ਡਰ ਨੀ, ਡਰ ਡਰੇ ਨਾ ਨੂੰਹ ਤੋਂ, ਏਦਾਂ ਵੀ ਨਹੀਂ, ਉਹਨੂੰ ਕਿਹੜਾ ਮਾੜੀ ਗੱਲ ਕਹਿਣੀ ਆ, ਤੈਨੂੰ ਬੱਚਾ ਪਿਆਰ ਕਰੂਗਾ, ਤੂੰ ਮਾਂ ਬਣੇਗੀ, ਜੇ ਤੂੰ ਮਾਂ ਨੀ ਬਣੇਗੀ ਤੇ ਦੁਨੀਆਂ ਚ ਆਇਆ ਬੰਦਾ ਕਿਉਂ, ਜਿਹੜਾ ਰੱਬ ਵੱਲੋਂ ਕੋਈ ਡਾਕਟਰੀ ਨੁਕਸ ਆ ਨਾ, ਫਿਰ ਤਾਂ ਵੀ ਨਹੀਂ, ਜੋ ਤੈਨੂੰ ਕੋਈ ਨੁਕਸ ਨੀ ਤੂੰ ਟਰਾਈ ਕਰ ਬੱਚੇ ਦੀ, ਜੋ ਮੰਨੀ ਨਾ ਜਿੱਦ ਕੀਤੇ ਮੈਂ ਬੱਚਾ ਜਮਾ ਸਾਰੀ ਉਮਰ ਨੀ ਕਰਨਾ, ਫਿਰ ਮੁੰਡਾ ਸੋਚਿਆ ਸੱਚੀ ਗੱਲ ਆਪਦਾ। ਥੈਂਕ ਯੂ ਸੋ ਮਚ ਨਸੀਬ ਜੀ, ਬਿਲਕੁਲ ਸਹੀ ਕਹਿੰਦੇ ਹੋ ਕਿ ਹਾਂਜੀ ਬੜੇ ਪਿਆਰ ਨਾਲ ਇਹ ਗੱਲ ਹੋ ਸਕਦੀ ਹੈ, ਔਰ ਜਿਵੇਂ ਯੂ ਨੋ ਪ੍ਰੋਜਨੀ ਅੱਗੋਂ ਅੱਗੋਂ ਚਲਾਉਣ ਵਾਸਤੇ ਤੇ ਇਹ ਇੱਕ ਤਰ੍ਹਾਂ ਨਾਲ ਨਿਯਮ ਬਣਿਆ ਹੋਇਆ। ਸੋ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਲੋਜੀਕਲ ਥਿੰਕਿੰਗ ਤਾਂ ਇਹੀ ਲੱਗਦੀ ਹੈ ਵੀ ਸਭ ਨੂੰ ਚਾਹੀਦਾ ਹੈ, ਕਿਉਂ ਨਹੀਂ ਚਾਹੀਦਾ, ਪਰ ਉਹੀ ਹੈ ਕਿ ਜ਼ਰੂਰੀ ਨਹੀਂ ਹੈ ਕਿ ਇੱਕਦਮ ਯੂ ਨੋ ਢੇਰੀ ਢਾਲੋ, ਆਪਣੀ ਲੋਅ ਫੀਲ ਕਰੋ ਜਸਟ ਬਿਕੋਜ਼ ਕਿ ਹਾਏ ਕੀ ਹੋ ਗਿਆ, ਕੀ ਕਹਿ ਰਹੀ ਹੈ, ਜ਼ਰੂਰ ਬਹੁਤ ਕੁਛ ਹੈਗਾ ਉਸ ਤੋਂ ਪਹਿਲੇ। ਔਰ ਜਿਵੇਂ ਟੈਕਸਟ ਨਵਾਂ ਆਇਆ ਹੈ ਕਿ ਡਿਵੋਰਸ ਨੂੰ ਲੀਡ ਕਰੇਗਾ, ਉਸ ਤੋਂ ਪਹਿਲੇ ਵੀ ਬਹੁਤ ਕੁਛ ਹੈ, ਦਿਸ ਸੋ ਮਚ, ਬਟ ਡੈਫੀਨੇਟਲੀ ਅਗਰ ਸਾਰਾ ਕੁਛ ਕਲੀਅਰ ਹੁੰਦਾ ਫਿਰ ਅਸੀਂ ਬਾਅਦ 'ਚ ਗੱਲ ਕਰਦੇ ਹਾਂ। ਲੈਟ ਮੀ ਟੇਕ ਅ ਸ਼ੋਰਟ ਬ੍ਰੇਕ। ਵੈਲਕਮ ਬੈਕ। ਬਿਫੋਰ ਆਈ ਟੇਕ ਮੋਰ ਕਾਲਸ, ਹੋਰ ਕਾਲਸ ਲੈਣ ਤੋਂ ਪਹਿਲੇ ਮੈਂ ਜ਼ਰੂਰ ਅਸ਼ੇਅਰ ਕਰਦਾ ਕਿ ਕੱਲ੍ਹ ਜ਼ਰੂਰ ਟਿਊਨ ਇਨ ਕਰਨਾ, ਸਾਡੇ ਕੋਲ ਆ ਰਹੇ ਨੇ ਇਨ ਪਰਸਨ, ਇੱਥੇ ਹੋਣਗੇ, ਸਵਾਲ ਪੁੱਛਾਂਗੇ ਅਟਰਨੀ ਫਰੋਮ ਵਾਸ਼ਿੰਗਟਨ DC ਮਿਸਟਰ ਰਾਜਾ ਭੰਡਾਰੀ, ਜ਼ਿਆਦਾ ਪੁੱਛਾਂਗੇ ਉਹਨਾਂ ਨੂੰ ਵਿਲ ਔਰ ਟਰੱਸਟ ਬਾਰੇ, ਔਰ ਬਹੁਤ ਇੰਪੋਰਟੈਂਟ ਹੈ ਕਿ ਸਾਰੀ ਜਿਹੜੀਆਂ ਲੇਡੀਜ਼ ਹੈ ਕਰਦੀਆਂ ਉਹਨਾਂ ਨੂੰ ਕਿੰਨਾ ਕੁ ਪਤਾ ਹੋਣਾ ਬਹੁਤ ਜ਼ਰੂਰੀ ਹੈ, ਔਰ ਉਹਨਾਂ ਨੂੰ ਪਤਾ ਕਰਨ ਵਾਸਤੇ ਕੀ ਸਵਾਲ ਕਰ ਸਕਦੇ ਨੇ, ਕੀ ਚੀਜ਼ ਉਹਨਾਂ ਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਹੈ, ਔਰ ਉਹ ਕੰਟਰੀਬਿਊਟ ਕਰ ਸਕਦੇ ਆਪਣੇ ਫਾਈਨੈਂਸ਼ੀਅਲ ਡਿਸੀਜਨਸ ਦੇ ਵਿੱਚ। ਸੋ ਵਿਲ ਐਂਡ ਟਰੱਸਟ ਦੇ ਬਾਰੇ ਗੱਲ ਕਰਾਂਗੇ ਕੱਲ੍ਹ, ਜ਼ਰੂਰ ਜ਼ਰੂਰ ਕਾਲ ਕਰਨਾ, ਟੈਲ ਯੂਰ ਫੈਮਿਲੀ ਮੈਂਬਰਸ ਟੂ ਬੀ ਦੇਅਰ ਐਂਡ ਆਸਕ ਕੁਐਸਚਨਸ। ਸੋ ਲੈਟਸ ਸੀ ਹੁਣ ਕੀ ਕਹਿ ਰਹੇ ਹੈ ਸਾਰੇ, ਇਹਨਾਂ ਨੂੰ ਪੁੱਛਦੇ ਹਾਂ ਕੁਇਕਲੀ ਸਾਰੇ ਆਪਣੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਗਿਆਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਾਡੇ ਘਰ ਵੀ ਇਹੀ ਬਹਿਸ ਹੋ ਰਹੀ ਹੈ। ਅੱਛਾ ਜੀ, ਹਾਂਜੀ ਹਾਂਜੀ, ਮੈਂ ਕਿਹਾ ਮੈਂ ਅਸੀਂ ਆਪਣੇ ਤੋਂ ਗਿਣਦੇ ਹਟੇ ਆ, ਹਾਂਜੀ, ਵਿਆਹ ਤਾਂ ਦੂਏ ਸਾਲ ਮਗਰੋਂ ਸ਼ੁਰੂ ਹੋ ਗਿਆ, ਆਈ ਨੋ, ਦਾ ਵਿਆਹ 85 ਚ 86 ਚ ਹੋ ਗਿਆ ਜੀ, ਦਾ ਵਿਆਹ 10 ਚ 12 ਜਨਮੀ ਚ ਹੋ ਗਿਆ, ਹਾਂਜੀ, ਇਹ ਆਪੂ ਚ ਗੱਲ ਕਰਦੇ ਆ, ਰਾਈਟ, ਇਹਨਾਂ ਦੇ ਪ੍ਰੋਬਲਮ ਕੀ, ਇਹਨਾਂ ਦੇ ਮੈਂ ਕਿਹਨੂੰ ਆ। ਹਾਂਜੀ, ਕੋਈ ਪ੍ਰੋਬਲਮ ਨਹੀਂ, ਹਲੇ ਇਹਨਾਂ ਨੂੰ ਕੁਛ ਨਹੀਂ ਪਤਾ, ਜਿਨ੍ਹਾਂ ਨੇ ਫੋਨ ਸਾਨੂੰ ਕੀਤਾ ਹੈ ਉਹਨਾਂ ਨੂੰ ਕੋਈ ਪ੍ਰੋਬਲਮ ਦਾ ਅਹਿਸਾਸ ਨਹੀਂ ਹੈ, ਕੋਈ ਨਹੀਂ ਪਤਾ ਉਹਨਾਂ ਨੂੰ, ਬਸ ਉਹਨਾਂ ਨੂੰ ਲੱਗਦਾ ਹੈ ਕਿ ਜੋ ਦੱਸਿਆ ਉਹਨਾਂ ਦੇ ਬੇਟੇ ਨੇ ਕਿ ਵਾਈਫ ਜਿਹੜੀ ਨੂੰ ਹੈ ਉਹ ਨਹੀਂ ਚਾਹੁੰਦੀ, ਬੱਚੇ ਨਹੀਂ ਚਾਹੁੰਦੀ, ਇਹ ਮੁੰਡਾ ਚਾਹੁੰਦਾ ਹੈ ਨਾ, ਹਾਂਜੀ, ਅੱਜ ਫਿਰ ਪੁੱਛਣ ਚ ਹਰਜ ਕੀ, ਇਹਨਾਂ ਨੂੰ ਨੂੰ ਪੁੱਛਣ ਕਿਉਂ ਨਹੀਂ, ਕਿੱਦਾਂ ਆਪਣੀ ਮਰਜ਼ੀ ਕਰ ਸਕਦੀ ਕੱਲੀ, ਠੀਕ ਹੈ, ਪ੍ਰੋਬਲਮ ਹੈ ਕੋਈ, ਕੋਈ ਫਿਜ਼ੀਕਲ ਜਾਂ ਕੋਈ ਹੋਰ ਕੋਈ ਹੈਗੀ ਉਹਨੂੰ, ਉਹ ਵੀ ਉਹਨਾਂ ਗੱਲ ਕਰ ਲੈਣ ਜੀ, ਬਿਲਕੁਲ, ਜੇ ਘਰ ਵਿੱਚ ਕੋਈ ਮਤਲਬ ਗੁੰਜਾਇਸ਼ ਨਹੀਂ ਸਾਂਭਣ ਦੀ ਨਿਆਣਾ, ਉਹ ਵੀ ਗੱਲ ਕਰ ਲਵੇ, ਠੀਕ ਨੇ, ਪ੍ਰੋਬਲਮ ਦੱਸੇ ਆਪਣੇ, ਇਹਦਾ ਕੀ ਮਤਲਬ ਹੈ, ਬਿਲਕੁਲ ਬਿਲਕੁਲ ਇਹੀ ਗੱਲ ਸਹੀ ਕਹਿ ਰਹੇ ਹੋ ਤੁਸੀਂ ਕਿ ਪਤਾ ਲੱਗੇ ਕਿ ਹੈ ਕੀ ਹੈ, ਯੂ ਨੋ, ਫਿਰ ਉਸ ਦੇ ਅੱਗੇ ਸੋਲੂਸ਼ਨ ਹੋ ਸਕਦਾ, ਦੇਖੋ ਜੀ ਉਦਾਂ ਪਾਵਾ ਜੇ ਦੋ ਮੁੰਡਾ ਕੁੜੀ ਦੋਵੇਂ ਸਹਿਮਤ ਆ ਤੇ ਪਾਵਾ 10 ਸਾਲ ਨਾ ਕਰ ਦਿਓ, ਕੋਈ ਇਤਰਾਜ਼ ਨਹੀਂ ਸਾਨੂੰ, ਵੈਰੀ ਟਰੂ, ਜਦ ਮੁੰਡਾ ਚਾਹੁੰਦਾ ਕੁੜੀ ਨਹੀਂ ਚਾਹੁੰਦੀ ਤੇ ਫਿਰ ਪੁੱਛਣ ਚਾਰਜ ਕੀ ਆ ਜੀ, ਬਿਲਕੁਲ ਪੁੱਛਣਾ ਚਾਹੀਦਾ, ਚੰਗੀ ਸੱਸ ਨੂੰ ਡਰਨਾ ਨਹੀਂ ਚਾਹੀਦਾ, ਜ਼ਿਆਦਾ ਮੇਰੀ ਮਾਂ ਡੰਡਾ ਚੱਕ ਲਿਆ ਸੀਗਾ, ਹੈਂ। ਬਹੁਤ ਵਧੀਆ ਗਿਆਨ ਸਿੰਘ ਜੀ, ਥੈਂਕ ਯੂ ਸੋ ਮਚ, ਮੈਂ ਹੋਰ ਪੁੱਛਦੀ ਹਾਂ ਸਾਰੇ ਕੀ ਕਹਿ ਰਹੇ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਹਾਂਜੀ ਸੁਰਿੰਦਰ ਜੀ, ਥੈਂਕ ਯੂ ਫੋਰ ਕਾਲਿੰਗ, ਬੜੇ ਦਿਨ ਤੋਂ ਤੁਹਾਡੀ ਆਵਾਜ਼ ਨਹੀਂ ਸੁਣੀ, ਦੱਸੋ ਕੀ ਕਹਿੰਦੇ ਹੋ ਕੁਇਕਲੀ। ਜੀ ਮੈਂ ਇਹੀ ਕਹਿਣੀ ਆ, ਵੈਸੇ ਡਿਸੀਜਨ ਤਾਂ ਦੋਨਾਂ ਦਾ ਹੀ ਹੁੰਦਾ ਹੈਗਾ, ਬਿਲਕੁਲ ਬਿਲਕੁਲ, ਹਾਂਜੀ, ਤੇ ਜਿਹੜੀ ਹੈਗਾ ਮਤਲਬ ਮਾਂ ਨੂੰ ਬੱਚੇ ਨੂੰ ਕਹਿਣਾ ਚਾਹੀਦਾ ਵੀ ਤੁਸੀਂ ਬੇਟਾ ਆਪ ਹੀ ਪੁੱਛੇ ਉਹਨੂੰ ਵੀ ਕੀ ਗੱਲ ਹੈਗੀ ਆ, ਤੇ ਫੇਰ ਉਹ ਮਾਂ ਨੂੰ ਦੱਸ ਦੇ ਵੀ ਮਤਲਬ ਵੀ ਇਸ ਤਰ੍ਹਾਂ ਕਹਿੰਦੀ ਆ ਜੀ ਜੀ ਜੀ, ਫੇਰ ਮਾਂ ਵੀ ਉਹਦੇ ਨਾਲ ਗੱਲ ਕਰੇ ਵੀ ਜੇ ਕੋਈ ਹੈਲਪ ਦੀ ਲੋੜ ਆ ਅਸੀਂ ਸਾਂਭਾਂਗੇ ਸਾਰੇ ਕੁਛ, ਉਹ ਤੇਰੇ ਕੱਲੀ ਦਾ ਕੰਮ ਨੀ, ਉਹ ਸਾਡਾ ਸਾਰਿਆਂ ਦਾ ਹੀ ਕੰਮ ਹੈਗਾ, ਬਿਲਕੁਲ ਬਿਲਕੁਲ, ਜੇ ਕੋਈ ਐਸਾ ਡਰ ਹੈ ਉਹਨੂੰ ਸੰਭਾਲਣ ਦਾ ਜਾਂ ਉਹ ਹੈ ਤੇ ਸਾਰੀ ਫੈਮਿਲੀ ਨੂੰ ਦੇ ਹੈਵ ਟੂ ਕਮ ਅਪ ਕਿ ਨਹੀਂ ਅਸੀਂ ਯੂ ਨੋ ਵੀਲ ਬੀ ਦੇਅਰ, ਸਾਨੂੰ ਜੇ ਹੈਲਪ ਦੀ ਲੋੜ ਹੋਈ ਨਾ ਆਪਾਂ ਹੈਲਪ ਵੀ ਰੱਖਾਂਗੇ ਤੇ ਅਸੀਂ ਸਾਰੇ ਵੀ ਤੇਰੇ ਨਾਲ ਹੈ, ਬਿਲਕੁਲ, ਤੇ ਬੱਚਿਆਂ ਦੇ ਨਾਲ ਮਤਲਬ ਇਹੀ ਦੁਨੀਆਂ ਦੇ ਉੱਤੇ ਜੋ ਦਸਤੂਰ ਚੱਲਦਾ ਉਹੀ ਚੱਲਦਾ ਏ ਜੀ, ਬਿਲਕੁਲ, ਪਰ ਇਦੋਂ ਬਾਅਦ ਕਈ ਵਾਰੀ ਇਹ ਹੁੰਦਾ ਹੈਗਾ ਕਿ ਸਾਰਾ ਕੁਛ ਸਾਡੀ ਮਰਜ਼ੀ ਦੇ ਨਾਲ ਕਿਤੇ ਵੀ ਨਹੀਂ ਹੁੰਦਾ ਗਾ, ਤੇ ਜੇ ਕਹਿ ਵੀ ਦੇਈਏ ਮਤਲਬ ਕਹਿਣਾ ਤੇ ਜ਼ਰੂਰੀ ਆ, ਪਰ ਜਿਵੇਂ ਉਹ ਡਾਈਵੋਰਸ ਦਾ ਆਇਆ ਵੀ ਡਾਈਵੋਰਸ ਤੱਕ ਪਹੁੰਚਣਾ ਤੇ ਬਹੁਤ ਮੇਰੇ ਵਾਸਤੇ ਲੱਗਦਾ ਵੀ ਅਸੀਂ ਕਿਸੇ ਦੀ ਜ਼ਿੰਦਗੀ ਨੂੰ ਇੱਕ ਨੂੰ ਤੇ ਅਸੀਂ ਮਤਲਬ ਮੈਂ ਉਹਨੂੰ ਕੀ ਵਰਡ ਬੋਲਾਂ ਕਿ ਅਸੀਂ ਉਹ
ਉਹਨਾਂ ਦੀ ਲਾਈਫ ਨੂੰ ਅਸੀਂ ਕੀ ਕਰ ਰਹੇ ਹਾਂ। ਸਹੀ ਕਹਿ ਰਹੇ ਹੋ ਸੁਰਿੰਦਰ ਜੀ, ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਬੜਾ ਸਹੀ ਸੁਰਿੰਦਰ ਜੀ, ਗਿਆਨ ਸਿੰਘ ਜੀ ਨੇ ਜਿਹਨਾਂ ਕਿਹਾ ਕਿ ਕੁੜੀ ਦਾ ਇੱਕ ਜੁਆਇੰਟ ਡਿਸੀਜਨ ਹੋਣਾ ਚਾਹੀਦਾ। ਮੈਂ ਮੰਨਦੀ ਹਾਂ ਅਸੀਂ ਕਿ ਕੰਸਿਡਰੇਸ਼ਨ ਉਹਦੀ ਰੈਡੀਨੈਸ 'ਤੇ ਪੂਰੀ ਦੇਣੀ ਪੈਣੀ ਹੈ ਕੁੜੀ ਨੇ, ਯੂ ਨੋ ਸ਼ੀ ਹੈਜ਼ ਟੂ ਬੇਅਰ ਦਾ ਚਾਈਲਡ, ਪਰ ਇਹ ਜੁਆਇੰਟ ਡਿਸੀਜਨ ਹੈ। ਸੋ ਵੀਟੋ ਪਾਵਰ ਨਹੀਂ ਹੋਣੀ ਚਾਹੀਦੀ ਕੁੜੀ ਕੋਲ, ਪਰ ਜੋ ਵੀ ਹੈ ਰੀਜ਼ਨ ਜੋ ਵੀ ਹੈ ਉਹਨੂੰ ਪਿਆਰ ਨਾਲ ਪੁੱਛ ਕੇ ਫਿਰ ਆਪਣਾ ਜਿਹੜਾ ਹੈ ਨਾ ਆਪਣੀ ਐਫਰਟ, ਯੂ ਨੋ ਯੂ ਸ਼ੁੱਡ ਬੀ ਰੈਡੀ ਕਿ ਅਸੀਂ ਅਸਿਸਟ ਕਰਾਂਗੇ ਜੇ ਉਹਨੂੰ ਡਰ ਕਿਸੇ ਚੀਜ਼ ਦਾ ਜਾਂ ਕੁਛ ਵੀ ਹੈਗਾ। ਲੈਟਸ ਸੀ ਹੋਰ ਕੁਇਕਲੀ ਦੇਖ ਲੈਂਦੇ ਹਾਂ ਕੀ ਕਹਿ ਰਹੇ ਨੇ। ਹੈਲੋ, ਹੈਲੋ, ਹਾਂਜੀ ਸੁਦਰਸ਼ਨ ਜੀ, ਕੀ ਕਹਿੰਦੇ ਹੋ? ਮਜ਼ੇਦਾਰ ਕੁਐਸਚਨ ਹੈ। ਹਾਂਜੀ ਬਹੁਤ ਖਰਾਬ ਚੀਜ਼ ਹੈ। ਅਗਰ ਬੱਚਾ ਲੜਕਾ ਚਾਹੁੰਦਾ ਲੜਕੀ ਨਹੀਂ ਚਾਹੁੰਦੀ ਤੇ ਫਿਰ ਗੱਲ ਖਰਾਬ ਹੋ ਸਕਦੀ, ਫਿਰ ਉਹਨਾਂ ਨੂੰ ਸੁਲਝਾ ਲੈਣਾ ਚਾਹੀਦਾ, ਹੁਣੇ ਸੁਲਝਾ ਲੈਣਾ ਚਾਹੀਦਾ। ਠੀਕ ਹੈ, ਬਹੁਤ ਨਹੀਂ ਕਰਨੀ ਚਾਹੀਦੀ। ਬਾਕੀ ਬਿਲੇਟਿਡ ਮਦਰ, ਹੈਪੀ ਮਦਰਸ ਡੇ ਟੂ ਯੂ। ਥੈਂਕ ਯੂ ਸੋ ਮੱਚ ਟੂ ਯੂ ਟੂ ਆਲਸੋ ਐਵਰੀਬਡੀ, ਥੈਂਕ ਯੂ ਸੋ ਮੱਚ ਸੁਦਰਸ਼ਨ ਜੀ। ਹਾਂਜੀ ਬਿਲਕੁਲ, ਸੁਦਰਸ਼ਨ ਜੀ ਨੇ ਇੱਕ ਹੋਰ ਗੱਲ ਜਿਹੜੀ ਕਹੀ ਹੈ ਕਿ ਅਗਰ ਉਹ ਯੂ ਨੋ ਲੋਕ ਅਡੋਪਟ ਕਰਦੇ ਹੈ ਕਿੰਨੇ ਉਹ ਕਿਤੇ ਦਿਮਾਗ ਦੇ ਵਿੱਚ ਇਹ ਤਾਂ ਨਹੀਂ ਕਿ ਹਾਂ ਦੁਨੀਆ 'ਚ ਬੜੇ, ਯੂ ਨੋ ਇਹ ਵੀ ਕਈ ਰੀਜ਼ਨ ਹੈ ਜਿਹੜੀਆਂ ਕੁੜੀਆਂ ਕਹਿੰਦੀਆਂ ਕਿ ਮੈਂ ਹੋਰ ਕਿਉਂ ਲੈ ਕੇ ਆਵਾਂ ਦੁਨੀਆ 'ਚ। ਕਿੰਨੇ ਬੱਚੇ ਹੈ ਜਿਹੜੇ ਯੂ ਨੋ ਪੇਰੈਂਟਸ ਪਾਲ ਰਹੇ ਹੈ ਜਾਂ ਜਿਹਨਾਂ ਨੂੰ ਹੈਲਪ ਚਾਹੀਦੀ ਹੈ, ਜੇ ਉਹ ਹੈਗੀ ਹੈ ਤਾਂ ਤੁਸੀਂ ਉਹਨੂੰ ਡਿਫਰੈਂਟਲੀ ਡੀਲ ਕਰ ਸਕਦੇ ਹੋ, ਗੱਲ ਕਰ ਸਕਦੇ ਹੋ, ਕਨਵਿੰਸ ਕਰ ਸਕਦੇ ਹੋ। ਪਰ ਉਹ ਪਸੰਦ ਨਹੀਂ ਕਵੇ ਕਿ ਮੈਨੂੰ ਬੱਚੇ ਨਹੀਂ ਪਸੰਦ, ਤਾਂ ਵੀ ਤੁਸੀਂ ਗੱਲ ਅੱਗੋਂ ਵਧੇਗੀ ਤਾਂ ਜਦੋਂ ਤੁਹਾਨੂੰ ਰੀਜ਼ਨ ਪਤਾ ਲੱਗੇਗਾ। ਔਰ ਹੋ ਸਕਦਾ ਮੁੰਡੇ ਨੂੰ ਪਤਾ ਔਰ ਉਹ ਹਾਲੇ ਨਹੀਂ ਦੱਸ ਰਿਹਾ। ਸੋ ਰੀਜ਼ਨ ਜਾਣਨਾ ਬੜਾ ਜ਼ਰੂਰੀ ਹੈ ਤਾਂ ਕਿ ਹਰ ਇੱਕ ਚੀਜ਼ ਦੇ ਵਿੱਚ ਤੁਹਾਨੂੰ ਸਟੈਪ ਅਪ ਆਪਣੀ ਗੇਮ ਜ਼ਰੂਰ ਕਰਨੀ ਪਏਗੀ ਕਿ ਅਸਿਸਟ ਅਸੀਂ ਕਰਾਂਗੇ। ਮੁੰਡੇ ਨੂੰ ਵੀ ਅਪਣਾਓ ਕਿ ਹਾਂ ਮੈਂ ਰੈਡੀ ਹਾਂ, ਯੂ ਨੋ ਰਿਸਪੋਂਸੀਬਿਲਿਟੀ ਵਾਸਤੇ ਮੈਂ ਇੰਜ ਕਰ ਲਵਾਂਗਾ, ਜਿਵੇਂ ਗਿਆਨ ਸਿੰਘ ਜੀ ਨੇ ਕਿਹਾ ਹੈਲਪ ਹਾਇਰ ਕਰ ਲਵਾਂਗੇ। ਇਸ ਤਰ੍ਹਾਂ ਦੀਆਂ ਬੜੀਆਂ ਚੀਜ਼ਾਂ ਅਸੀਂ ਯੂ ਨੋ ਸੁਜੈਸਟ ਕਰ ਸਕਦੇ ਹਾਂ, ਪਰ ਤੁਸੀਂ ਅਗਰ ਰੀਜ਼ਨ ਪਹਿਲੇ ਤੁਹਾਨੂੰ ਪਤਾ ਲੱਗਦਾ। ਇੱਕ ਹੋਰ ਕਾਲ ਲੈਂਦੇ ਆ। ਹੈਲੋ, ਹਾਂਜੀ ਬੇਟਾ, ਸਤਿ ਸ਼੍ਰੀ ਅਕਾਲ। ਹਾਂਜੀ ਆਂਟੀ ਜੀ, ਥੈਂਕ ਯੂ ਜੀ, ਥੈਂਕ ਯੂ, ਸੇਮ ਟੂ ਯੂ। ਤੁਸੀਂ ਦੱਸੋ ਕੀ ਕਹਿੰਦੇ ਹੋ? ਮੈਂ ਤਾਂ ਛੋਟੀ ਜੀ ਗੱਲ ਇਹ ਕਵਾਂਗੀ, ਕੋਈ ਕੁੜੀ ਹੋਵੇ ਵਡੇਰੀ ਉਮਰ ਦਾ ਛੋਟੀ ਵੀ ਹੋ ਜਾ, ਕੋਈ ਨਹੀਂ ਚਾਹੁੰਦੀ ਮੈਂ ਮਾਂ ਨਾ ਬਣਾ। ਉਹੀ ਸਾਨੂੰ ਦੱਸ ਕੇ ਜੀ, ਮੈਂ ਗੱਲ ਇਹ ਹੈਗੀ ਉਹਨੂੰ ਰਾਈਟ ਹੈ, ਉਹਦੀ ਮਦਰ ਲਾ ਨੂੰ ਉਹਨੂੰ ਕਦੇ ਪੈਸੇ ਨਾ ਇਕੱਠੇ ਬਿਠਾ ਕੇ, ਨਹੀਂ ਮੇਰਾ ਐਕਸਪੀਰੀਅੰਸ ਉਹਨੂੰ ਅਲੱਗ ਆਪਣੀ ਨੂੰਹ ਨੂੰ ਪੁੱਛੇ, ਬੇਟੇ ਜੇ ਤੂੰ ਉਹਨੂੰ ਪਾਲਣ ਪੋਸ਼ਣ ਤੋਂ ਡਰਨੀ ਹੈ, ਖਰਚੇ ਤੋਂ ਡਰਨੀ ਹੈ, ਜਾਂ ਤੂੰ ਸੰਭਾਲ ਨਹੀਂ ਸਕਦੀ ਤੇ ਮੈਂ ਸਾਰਾ ਕੁਛ ਆਪ ਕਰਾਂਗੀ, ਸਾਨੂੰ ਵੀ ਬੱਚਾ ਚਾਹੀਦਾ ਪੋਤੀ ਪੋਤਾ ਕੋਈ, ਜਦੋਂ ਤੇ ਮੇਰਾ ਬੇਟਾ ਚਾਹੁੰਦਾ ਬੇਟੇ ਤੂੰ ਫਿਕਰਮੰਦ ਨਾ ਹੋਈ ਅਸੀਂ ਸੰਭਾਲਾਂਗੇ, ਉਹਨੂੰ ਬਹਿ ਕੇ ਸਮਝਾਵੇ, ਹੋ ਸਕਦਾ ਹੈ ਉਹ ਬੇਟੇ ਦੇ ਸਾਹਮਣੇ ਬਹਿਣ ਤੋਂ ਪਹਿਲਾਂ ਹੀ ਯੈਸ ਕਰ ਜਾਵੇ। ਦੂਜੀ ਗੱਲ ਜੇ ਉਹ ਥੋੜਾ ਜਿਹਾ ਅੱਗੇ ਪਿੱਛੇ ਕਰੇਗੀ ਨਾ, ਉਹਦੀ ਮਦਰ ਨੂੰ ਕਹਿਣ, ਉਹਦੇ ਪੇਰੈਂਟਸ ਨੂੰ। ਮੈਂ ਸੇਮ ਸਟੋਰੀ ਇੱਥੇ ਬਣਾਈ ਸੀ ਸਾਡੇ ਨੇੜੇ ਹੀ, ਫਿਰ ਉਹਦੀ ਮੰਮੀ ਨੇ ਵੀ ਸਮਝਾਇਆ ਤੇ ਸੱਸ ਨੇ ਵੀ, ਜੈਸੇ ਉਹਨਾਂ ਰੱਬ ਨੇ ਮੁੰਡਾ ਦਿੱਤਾ ਹੀ ਇੱਡਾ ਸੋਹਣਾ, 6 ਮਹੀਨਾ ਤਾਂ ਹੋ ਗਿਆ ਹੀ। ਇਹ ਕਈ ਕੁੜੀਆਂ ਇੱਦਾਂ ਕਰਦੀਆਂ ਨੇ ਵੀ ਸਾਨੂੰ ਬੇਬੀ ਨਹੀਂ ਚਾਹੀਦਾ, ਥੋੜੀ ਮੱਤ ਵਾਲੀਆਂ, ਥੋੜੀ ਬੁੱਧੀ ਵਾਲੀਆਂ, ਉਹਨਾਂ ਨੂੰ ਪਤਾ ਨਹੀਂ ਵੀ ਬੇਬੀ ਮੇਰੇ 1 ਮਿੰਟ ਸਕੀਨ ਤੇ ਜਦੋਂ ਖਤਮ ਕਰਾਂਗੇ ਤੁਹਾਡਾ ਟਾਈਮ ਖਤਮ ਹੋ ਗਿਆ। ਇੱਕ ਡਾਕਟਰ ਕੁੜੀ ਦੀ ਕਾਲ ਆਈ ਸੀ ਮੇਰੇ ਕੋਲ ਮਿਸ਼ੀਗਨ ਤੋਂ, ਉਹ ਕਹਿੰਦੀ ਹੈ ਵੀ ਮੈਨੂੰ ਇੰਨਾ ਜੀ ਕਰਦਾ ਵੀ ਮੇਰਾ ਬੇਬੀ ਹੋਵੇ, ਮੈਂ ਮਾਂ ਬਣਾ, ਤੇ ਮੈਂ ਛੱਡ ਕੇ ਵੀ 2 ਸਾਲ ਆਪਣੀ ਜੋਬ ਨੂੰ ਤੇ ਮੈਂ ਬੱਚੇ ਨੂੰ ਪਾਲਾਂ, ਪਰ ਮੇਰਾ ਬੇਬੀ ਨਹੀਂ ਹੋ ਰਿਹਾ, ਮੈਂ ਬੜੀ ਕੋਸ਼ਿਸ਼ ਕਰ ਰਹੀ ਹਾਂ। ਤੇ ਆਂਟੀ ਜੀ ਤੁਹਾਡੇ ਕੋਲ ਦੇਸੀ ਨੁਸਖਾ ਹੈ, ਮੈਨੂੰ ਆਹ ਨੁਸਖੇ, ਤੇ ਮੈਂ ਉਹਨੇ ਇੱਕ ਨੁਸਖਾ ਲਿਖਾ ਤਾ, ਮੈਂ ਆਹ ਲੈ ਲੈ, ਇਹਦੇ ਨਾਲ 1-2 ਬੱਚੇ ਹੋਏ ਨੇ ਤੇ ਜੋ ਥੋੜੀ ਬਹੁਤੀ ਯੂਟਰਸ 'ਚ ਕੋਈ ਪ੍ਰੋਬਲਮ ਹੁੰਦੀ ਹੈ ਨਾ ਉਹ ਠੀਕ ਹੋ ਜਾਏਗੀ। ਦੱਸੋ ਉਹ ਡਾਕਟਰ ਹੋ ਕੇ, ਚੰਗੀ ਬੰਦੀ ਡਾਕਟਰ ਮਿਸ਼ੀਗਨ, ਬਿਲਕੁਲ ਬਿਲਕੁਲ, ਮੈਂ ਮਾਂ ਬਣਨਾ ਚਾਹੁੰਦੀ, ਮੈਨੂੰ ਬੇਬੀ ਦਾ ਬੜਾ ਸ਼ੌਕ ਹੈ। ਸਹੀ ਕਹਿ ਰਹੇ ਹੋ ਆਂਟੀ ਜੀ, ਸਮਾਂ ਹੋਰ ਨਹੀਂ ਹੈ, ਬਿਲਕੁਲ ਸਹੀ ਕਹਿ ਰਹੇ ਹੋ ਕਿ ਕਈ ਬੰਦੇ
ਬਿਲਕੁਲ ਦੇ ਆਰ ਸੋ ਡੈਸਪਰੇਟ ਕਿ ਹਾਂ ਹੋਏ ਬੱਚਾ, ਵੀ ਅੰਡਰਸਟੈਂਡ ਦੈਟ ਮਮਤਾ ਇਸ ਤਰ੍ਹਾਂ ਕਰਾਉਂਦੀ ਹੈ, ਪਰ ਇੱਥੇ ਅਸੀਂ ਉਹੀ ਤਾਂ ਹੀ ਮੈਂ ਸ਼ੁਰੂਆਤ ਹੀ ਇੱਥੋਂ ਕੀਤੀ ਸੀ ਕਿ ਜਦੋਂ ਅਸੀਂ ਦੂਸਰੇ ਪਾਸੇ ਸੋਚਦੇ ਹਾਂ ਨਾ ਤਾਂ ਸਾਨੂੰ ਬੜਾ ਮੁਸ਼ਕਿਲ ਹੈ ਕਿ ਇਹ ਕਿਵੇਂ ਸੋਚ ਰਹੀ ਹੋਏਗੀ, ਬਟ ਫਿਰ ਵੀ ਉਹਦੇ 'ਚ ਬੜੀ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਕਿ ਹੋ ਸਕਦੀਆਂ ਨੇ, ਉਹ ਕਦੀ ਬਚਪਨ 'ਚ ਕੋਈ ਐਸਾ ਐਕਸਪੀਰੀਅੰਸ ਹੈ ਜਿਹੜਾ ਉਹ ਡਰਦੀ ਹੈ, ਜਾਂ ਵੱਡੇ ਹੋ ਕੇ ਵੀ ਕੋਈ ਸਹੇਲੀ, ਕੋਈ ਨੇਬਰ, ਕੋਈ ਕਿਸੇ ਨਾਲ ਐਸਾ ਹੋਇਆ ਜਿਹਦੇ ਕਰਕੇ ਉਹ ਡਰਦੀ ਹੈ, ਕੋਈ ਰੀਜ਼ਨ ਨਹੀਂ ਹੈ ਪਰ ਫਿਰ ਵੀ ਉਹ ਡਰਦੀ ਹੈ, ਯੂ ਨੋ ਦੇਰ ਇਜ਼ ਨੋ ਰੀਜ਼ਨ। ਬਟ ਅਗਰ ਕਈ ਵਾਰੀ ਕਿ ਹਾਂ ਇੱਕ ਮਨ ਦੀ ਫੀਲਿੰਗ ਹੈ ਕਿ ਕੀ ਲੋੜ ਹੈ ਹੋਰ ਬੱਚਾ ਜੰਮਾ, ਦੁਨੀਆ 'ਚ ਇੰਨੇ ਬੱਚੇ ਹੈ ਅਤੇ ਅਡੋਪਟ ਕਰ ਸਕਦੇ ਹਾਂ, ਕੁਛ ਵੀ ਕਰ ਸਕਦੇ ਹਾਂ, ਪਰ ਬੱਚੇ ਪਸੰਦ ਨਹੀਂ ਹੈ ਤਾਂ ਵੀ ਕਨਵਿੰਸ ਕਰ ਸਕਦੇ ਹਾਂ ਕਿ ਹਾਂਜੀ ਅਸੀਂ ਵਿਲ ਯੂ ਨੋ ਅਸਿਸਟ, ਹਰ ਤਰ੍ਹਾਂ ਦੀ ਅਸਿਸਟੈਂਸ ਤੁਹਾਨੂੰ ਦਾਂਗੇ, ਕੋਈ ਵੀ ਗੱਲ ਅੱਗੇ ਵੱਧ ਸਕਦੀ ਹੈ ਅਗਰ ਤੁਹਾਨੂੰ ਰੀਜ਼ਨ ਪਤਾ ਹੋਏ। ਔਰ ਇਹ ਡੈਫੀਨੇਟਲੀ ਹੈਗਾ ਕਿ ਅਗਰ ਬੱਚੇ ਨਹੀਂ ਵੀ ਪਸੰਦ ਹੁੰਦੇ, ਬੜੇ ਬੱਚੇ ਬੜੇ ਬੰਦੇ ਇਸ ਚੀਜ਼ ਦੇ ਵੀ ਗਵਾਹ ਨੇ ਕਿ ਕਦੀ ਪਹਿਲੇ ਸੋਚਿਆ ਨਹੀਂ ਸੀ ਪਰ ਜਦ ਦਾ ਬੱਚਾ ਹੋਇਆ ਤਾਂ ਮਤਲਬ ਉਹ ਹੀ ਬੈਸਟ ਚੀਜ਼ ਹੈ ਸਾਡੀ ਜ਼ਿੰਦਗੀ ਦੀ, ਉਹ ਇਸ ਤੋਂ ਬੈਟਰ ਕੁਛ ਹੈ ਨਹੀਂ। ਸੋ ਇਹ ਐਕਸਪੀਰੀਅੰਸ ਕਰਕੇ ਹੀ ਪਤਾ ਲੱਗ ਸਕਦਾ ਐਂਡ ਬੜੀਆਂ ਸਾਰੀਆਂ ਚੀਜ਼ਾਂ ਹੈ। ਸੋ ਜ਼ਰੂਰ ਇਹ ਤੁਸੀਂ ਯੂ ਨੋ ਆਪਣੇ ਬੇਟੇ ਨੂੰ ਜ਼ਰੂਰ ਕਹੋ, ਸਭ ਤੋਂ ਪਹਿਲੇ ਮੈਂ ਕਹਾਂਗੀ ਇਮੋਸ਼ਨਸ ਨੂੰ ਆਪਣੇ ਆਪ ਨੂੰ ਯੂ ਨੋ ਉਹ ਕਰੋ। ਆਈ ਐਮ ਸ਼ੋਰ ਸਾਰਿਆਂ ਨੇ ਤੁਹਾਡੇ ਨਾਲ ਇਹ ਗੱਲ ਜਿਹੜੀ ਸ਼ੇਅਰ ਕੀਤੀ ਹੈ ਕਿ ਅੱਜ ਕੱਲ੍ਹ ਇਹ ਟ੍ਰੈਂਡ ਹੈ ਕਿ ਕਾਫੀ ਲੰਬਾ ਗੈਪ ਪਾ ਰਹੇ ਹੈ, ਸੋ ਤੁਸੀਂ ਥੋੜ੍ਹਾ ਜਿਹਾ ਤਸੱਲੀ ਰੱਖੋ, ਇਹ ਨਹੀਂ ਹੈ ਕਿ ਇੱਥੇ ਅਲਟੀਮੇਟ, ਔਰ ਡਿਵੋਰਸ ਵੀ ਇਟ ਇਜ਼ ਟੂ ਅਰਲੀ ਟੂ ਸੇ ਯੂ ਨੋ। ਬਾਕੀ ਸਾਰੀਆਂ ਚੀਜ਼ਾਂ ਤੁਸੀਂ ਕਹਿੰਦੇ ਹੋ ਇੰਨੀਆਂ ਵਧੀਆ, ਕੁੜੀ ਦੀਆਂ ਵੀ ਆਪਸ 'ਚ, ਕੁੜੀ ਮੁੰਡੇ ਦੀ ਵੀ ਆ, ਸੋ ਕੁੜੀ ਮੁੰਡੇ ਨੂੰ ਵੀ ਥੋੜ੍ਹਾ ਜਿਹਾ ਸਬਰ, ਜਾਂ ਕੋਈ ਗੱਲ ਉਹ ਜਿਹੜੀ ਤੁਹਾਡੇ ਨਾਲ ਨਹੀਂ ਸ਼ੇਅਰ ਕਰ ਰਿਹਾ ਜਿਹੜਾ ਤੁਸੀਂ ਕਹਿੰਦੇ ਹੋ ਕਿ ਉਹ ਖਿੱਚਦਾ ਵੀ ਹੈ ਅਤੇ ਉਹ ਹੈ, ਸੋ ਉਹਨੂੰ ਵੀ ਬਿਲਕੁਲ ਓਪਨ ਹੋਣਾ ਪਏਗਾ, ਓਨੈਸਟ ਹੋਣਾ ਪਏਗਾ ਅਤੇ ਟੈਲ ਦੈਮ, ਮੇਕ ਦੈਮ ਅੰਡਰਸਟੈਂਡ ਕਿ ਤੁਸੀਂ ਪੂਰੇ ਰੈਡੀ ਹੋ, ਕੋਈ ਜਜਮੈਂਟ ਨਹੀਂ ਕਰ ਰਹੇ, ਕੋਈ ਉਹਨਾਂ ਨੂੰ ਜੱਜ ਨਹੀਂ ਕਰੋਗੇ, ਬਟ ਰੈਡੀ ਹੋ ਟੂ ਹੈਲਪ ਆਊਟ ਇਨ ਐਨੀਥਿੰਗ ਦੇ ਨੀਡ ਵਿਦ। ਸੋ ਯੂ ਨੋ ਜ਼ਰੂਰ ਸਾਨੂੰ ਦੱਸਣਾ ਕਿ ਤੁਹਾਡੀ ਗੱਲ ਹੋਈ ਔਰ ਕਿਸ ਤਰ੍ਹਾਂ ਅੱਗੇ ਗੱਲ ਵਧੀ, ਫੀਡਬੈਕ ਬਹੁਤ ਜ਼ਰੂਰੀ ਹੈ। ਅਗੇਨ ਮੈਂ ਸਭ ਨੂੰ ਰਿਮਾਇੰਡ ਕਰਾ ਦਾਂ ਕਿ ਕੱਲ੍ਹ ਮਿਸਟਰ ਰਾਜਾ ਭੰਡਾਰੀ ਐਡਵੋਕੇਟ ਹੈਗੇ ਨੇ, ਅਟਰਨੀ ਫਰੋਮ ਵਾਸ਼ਿੰਗਟਨ DC, ਵਿਲ ਐਂਡ ਟਰੱਸਟ ਦੇ ਉੱਤੇ ਗੱਲ ਕਰਨਗੇ, ਖਾਸ ਤੌਰ 'ਤੇ ਜਨਾਨੀਆਂ ਨੂੰ ਕੀ ਕੁਛ ਪਤਾ ਹੋਣਾ ਚਾਹੀਦਾ, ਕਿਸ ਤਰ੍ਹਾਂ ਫਾਈਨੈਂਸ਼ੀਅਲ ਡਿਸੀਜਨਸ ਹੈਲਪ ਹੋ ਸਕਦੀ ਹੈ। ਇੱਥੇ ਸੀਨ ਬਹੁਤ ਡਿਫਰੈਂਟ ਹੈ, ਸੋ ਬਿਜ਼ਨਸ ਦੇ ਵਿੱਚ, ਇੰਡੀਵਿਜੁਅਲ ਦੇ ਵਿੱਚ ਕਿਸ ਤਰ੍ਹਾਂ ਕੀ ਕਰ ਸਕਦੇ ਹੋ, ਔਰ ਯੂ ਨੋ ਇਹ ਵੀ ਗੱਲ ਕਰਾਂਗੇ ਕਿ ਤੁਸੀਂ ਪਹਿਲੇ ਬਣਾਏ ਹੈ ਅਤੇ ਡਿਵੋਰਸ ਹੁੰਦਾ ਅਤੇ ਉਹਦੇ ਅੱਗੇ ਕੀ ਹੁੰਦਾ, ਬੜੀਆਂ ਸਾਰੀਆਂ ਗੱਲਾਂ, ਸਵਾਲ ਤਿਆਰ ਰੱਖਣਾ, ਜ਼ਰੂਰ ਕਾਲ ਕਰਨਾ। ਹੁਣ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।